ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਜਸਪ੍ਰੀ ਸਿੰਘ ਟਾਨੀ ਹਟਲੋ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜੋ ਆ ਵੀਕ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੇ ਸਬੰਧਤ ਜੋ ਵੀ ਘਟਰਾਵਾਂ ਵਾਪਰੀਆਂ ਜਾਂ ਜੋ ਵੀ ਡਿਸੀਜਨ ਲਏ ਗਏ ਉਹਨਾਂ ਬਾਰੇ ਡਿਸਕਸ ਕਰਨਾ ਤੁਹਾਨੂੰ ਜਾਣਕਾਰੀ ਦੇਣੀ ਆ ਤੇ ਉਹਦੇ ਨਾਲ-ਨਾਲ ਅਸੀਂ ਜਿਹੜੇ ਤੁਹਾਡੇ ਕੁਝ ਮੈਨੂੰ ਸਵਾਲ ਆਏ ਨੇ ਉਹਨਾਂ ਦੇ ਜਿਹੜੇ ਜਵਾਬ ਆ ਉਹ ਵੀ ਦੇਣੇ ਨੇ ਤੇ ਅੱਗੇ ਤੋਂ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਹ ਜਿਹੜਾ YouTube ਚੈਨਲ ਆ ਇਹਦੇ ਇਹ ਮੇਰਾ ਆਪਣਾ ਚੈਨਲ ਆ ਤੇ ਇਹਦੇ ਤੇ ਜਿਹੜੇ ਵੀ ਤੁਹਾਨੂੰ ਸਵਾਲ ਹੋਣ ਜੇ ਤੁਸੀਂ ਉਹਨਾਂ ਨੂੰ ਇਹਦੇ ਥੱਲੇ ਪਾ ਦਿਓਗੇ ਕਮੈਂਟਸ ਦੇ ਵਿੱਚ ਤੇ ਉਹਦਾ ਜਵਾਬ ਜਰੂਰ ਦਿੱਤਾ ਜਾਏਗਾ ਤੇ ਬਾਕੀ ਮੈਂ ਹੋਰ ਵੀ ਜਿਹੜੇ ਟੀਵੀ ਚੈਨਲਾਂ ਤੇ ਆਡਾ ਡੈਂਟਰਵਿਊ ਦਿੰਦਾ ਰਹਿਣਾ ਤੇ ਇਹਦੇ ਨਾਲ ਨਾਲ ਜਿਹੜਾ ਇਹ ਚੈਨਲ ਆ ਇਹ ਇਹਦੇ ਉੱਤੇ ਜੋ ਵੀ ਤੁਹਾਡੇ ਸਵਾਲਾਂ ਦੇ ਜਵਾਬ ਹੋਣਗੇ ਉਹ ਮੈਂ ਆਪ ਦੇਵਾਂਗਾ ਤੇ ਇਹਦੇ ਨਾਲ ਨਾਲ ਜਿਹੜੀ ਆਪਾਂ ਅੱਜ ਗੱਲ ਸ਼ੁਰੂ ਕਰਨੀ ਆ ਉਹ ਪਹਿਲਾਂ ਤਾਂ ਇਹ ਆ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਬਾਈਡਨ ਜਿਹੜੀ ਐਡਮਿਨਿਸਟ੍ਰੇਸ਼ਨ ਆ ਇਹਨੇ ਇਮੀਗ੍ਰੇਸ਼ਨ ਦੇ ਵਿੱਚ ਜਿਹੜੀਆਂ ਚੇਂजेस ਨੇ ਉਹ ਲਿਆਉਣੀਆਂ ਸ਼ੁਰੂ ਕੀਤੀਆਂ ਨੇ ਤੇ 트럼ਪ ਨੇ ਪਹਿਲਾਂ ਕਾਫੀ ਜ਼ਿਆਦਾ ਇਮੀਗ੍ਰੇਸ਼ਨ ਦੇ ਵਿੱਚ ਰੈਸਟ੍ਰਿਕਸ਼ਨਸ ਲਾਈਆਂ ਸੀ ਚੇਂजेस ਕੀਤੀਆਂ ਸੀ ਇਮੀਗ੍ਰੇਸ਼ਨ ਦੀ تقریبا ਸਾਰੀਆਂ ਕੈਟਗਰੀਆਂ ਨੂੰ ਉਹਨੇ ਕਾਫੀ ਜ਼ਿਆਦਾ ਜ਼ਿਆਦਾ ਜਿਹੜਾ ਸੀ ਉਹ ਕੋਸ਼ਿਸ਼ ਇਹ ਕੀਤੀ ਵੀ ਜਿੰਨੀ ਵੀ ਘੱਟ ਇਮੀਗ੍ਰੇਸ਼ਨ ਹੋ ਸਕੇ ਚਾਹੇ ਉਹ ਲੀਗਲ ਇਮੀਗ੍ਰੇਸ਼ਨ ਆ ਚਾਹੇ ਉਹ ਜਿਹੜੇ ਅਨਡਾਕੂਮੈਂਟਡ ਬੰਦੇ ਆਉਂਦੇ ਆ ਉਹਨਾਂ ਬਾਰੇ ਆ ਤੇ ਚਾਹੇ ਜਿਹੜੇ ਨੌਨ ਇਮੀਗਰੈਂਟ ਵੀਜ਼ੇ ਨੇ ਜਿਵੇਂ H1 ਹੋ ਗਿਆ L1 ਉਹਨਾਂ ਤੇ ਜਾਂ ਸਟੂਡੈਂਟ ਵੀਜ਼ੇ ਹੋਗੇ ਵੀ ਜਿੰਨੇ ਵੀ ਰੈਸਟ੍ਰਿਕਸ਼ਨ ਹੋ ਸਕੇ ਲਾਈ ਜਾਵੇ ਇਹਦੇ ਤਹਿਤ ਉਹਨੇ ਉਹਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਨੇ ਪਿਛਲੇ ਸਾਲ ਜਾਂ ਉਸ ਤੋਂ ਪਹਿਲੇ ਸਾਲਾਂ ਦੇ ਦੌਰਾਨ ਬਹੁਤ ਵੱਡੀਆਂ ਤਬਦੀਲੀਆਂ ਕੀਤੀਆਂ ਜਿਹੜੀਆਂ ਕਿ ਜਿਹੜਾ ਅਮਰੀਕਾ ਦਾ ਸੈਲਮ ਦਾ ਪ੍ਰੋਗਰਾਮ ਆ ਪੋਲਿਟਿਕਲ ਸੈਲਮ ਦਾ ਉਹਦੇ ਬਾਬਤ ਸੀਗੀਆਂ ਉਹਦੇ ਵਿੱਚ ੀਆਂ ਜਿਸ ਲਿਆਂਦੀਆਂ ਉਹਦੇ ਨਾਲ ਨਾਲ ਤੁਹਾਨੂੰ ਪਤਾ ਹੀ ਆ ਬੈਨ ਲਾਏ ਉਹਨੇ ਜਿਹੜਾ ਕਿ ਪਹਿਲਾਂ April ਤੋਂ June ਤੱਕ ਸੀ ਫਿਰ June ਤੋਂ December ਤੱਕ ਹੁਣ December ਤੋਂ ਜਿਹੜਾ 31 March ਤੱਕ ਹੈ ਤੇ ਉਹਦੇ ਵਿੱਚ ਜਿਹੜਾ US citizen ਦੀ ਜਿਹੜੀ ਕੈਟਾਗਰੀ ਹੈਗੀ ਆ ਹਸਬੰਡ ਵਾਈਫ ਦੀ ਜਾਂ 21 ਸਾਲ ਤੋਂ ਘੱਟ ਬੱਚਿਆਂ ਦੀ ਉਹਨੂੰ ਛੱਡ ਕੇ ਬਾਕੀ ਜਿੰਨੀਆਂ ਕੈਟਾਗਰੀਆਂ ਨੇ ਚਾਹੇ ਉਹ US citizen ਦੇ ਮਾਪੇਬਾਪ ਦੀ ਆ ਚਾਹੇ US citizen ਦੇ ਭੈਣ ਭਰਾਵਾਂ ਦੀ ਆ ਚਾਹੇ US citizen ਜਿਹੜੇ ਨੇ ਆਪਣੇ ਬੱਚਿਆਂ ਨੂੰ ਅਪਲਾਈ ਕਰਦੇ ਨੇ ਓਵਰ 21 ਨੂੰ ਜਿਹੜੇ ਮੈਰਿਡ ਜਾਂ ਅਨਮੈਰਿਡ ਨੇ ਚਾਹੇ ਗ੍ਰੀਨ ਕਾਰਡ ਹੋਲਡਰ ਆਪਣੇ ਸਪਾਉਸਸ ਨੂੰ ਹਸਬੰਡ ਵਾਈਫ ਨੂੰ ਅਪਲਾਈ ਕਰਦੇ ਨੇ ਜਾਂ ਆਪਣੇ ਬੱਚਿਆਂ ਨੂੰ ਚਾਹੇ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਉਹ ਆਪਣੇ ਅਨਮੈਰਿਡ ਬੱਚਿਆਂ ਨੂੰ ਕਰਦੇ ਨੇ ਸਾਰੀਆਂ ਕੈਟਾਗਰੀਆਂ ਤੇ ਬੈਨ ਲਾਇਆ ਜਿਹਦੇ ਨਾਲ ਕਿ ਇਹ ਇਫੈਕਟ ਹੋਇਆ ਵੀ ਉਹ ਸਾਰੀਆਂ ਕੈਟਾਗਰੀਆਂ ਜਿਹੜੀਆਂ ਸੀ ਉਹ ਪਿੱਛੇ ਚਲੀਆਂ ਗਈਆਂ ਕੁਝ ਜਿਹੜਾ ਕੋਵਿਡ ਆ ਗਿਆ ਇਹਦੇ ਕਰਕੇ ਜਿਹੜੀਆਂ ਇੰਟਰਵਿਊਜ਼ ਨੇ ਉਹ ਬਹੁਤ ਘੱਟ ਹੁਣ ਐਮਬੈਸੀ ਦੇ ਰਹੀ ਆ ਤੇ ਇੱਥੇ ਵੀ ਜਿਹੜੀਆਂ ਹੁਣ ਇਮੀਗ੍ਰੇਸ਼ਨ ਚ ਇੰਟਰਵਿਊਆਂ ਹੋ ਰਹੀਆਂ ਨੇ ਉਹ ਗਿਣਾਂ ਨੂੰ ਘਟ ਨੇ ਤੇ ਉਹਦੇ ਨਾਲ ਇੱਕ ਫਰਦਰ ਡਿਲੇ ਇੱਕ ਹੋਰ ਜ਼ਿਆਦਾ ਹੋਊਗੀ ਇਹਦੇ ਨਾਲ ਨਾਲ ਜਿਹੜਾ ਸਿਟੀਜ਼ਨਸ਼ਿਪ ਦਾ ਪ੍ਰੋਸੈਸ ਹੈ ਅਮਰੀਕਾ ਦੇ ਵਿੱਚ ਉਹਦੇ ਵਿੱਚ ਵੀ ਭਾਰੀ ਡਿਲੇ ਆ ਅੱਗੇ ਜੇ ਆਪਾਂ ਅਪਲਾਈ ਕਰਦੇ ਸੀ ਤਾਂ 3-4 ਮਹੀਨੇ ਜੈਂਟਰਵੀਊ ਆ ਜਾਂਦੀ ਸੀ ਹੁਣ ਅੱਜਕੱਲ ਉਹਨੂੰ ਸਾਲ ਤੋਂ ਉੱਤੇ ਸਮਾਂ ਲੱਗ ਰਿਹਾ ਇਹਦੇ ਨਾਲ ਨਾਲ ਜਿਹੜੀ ਲੀਗਲ ਇਮੀਗ੍ਰੇਸ਼ਨ ਆ ਇਹਦੇ ਵਿੱਚ ਉਹਨੇ ਹੋਰ ਵੀ ਚੇਂਜਸ ਕੀਤੀਆਂ ਟਰੰਪ ਨੇ ਉਹ ਇੱਕ ਤਾਂ ਇਹ ਕੀਤੀ ਕਿ ਪਬਲਿਕ ਚਾਰਡਰ ਰੂਲ ਬਣਾਇਆ ਗਿਆ ਜੋ ਕਿ ਟਾਰਗੇਟਡ ਸੀ ਵੀ ਜਿਹੜੇ ਬੰਦਿਆਂ ਨੇ ਗਵਰਨਮੈਂਟ ਤੋਂ ਕੋਈ ਅਸਿਸਟੈਂਸ ਲਈ ਆ ਉਹਨਾਂ ਦੇ ਜਿਹੜੇ ਰਿਲੇਟਿਵਸ ਵਗੈਰਾ ਨੇ ਉਹ ਜੇ ਆਉਣਗੇ ਤਾਂ ਉਹਨਾਂ ਨੂੰ ਵੀਜ਼ਾ ਜਿਹੜਾ ਹੈਗਾ ਉਹ ਉਨਾ ਕੀਤੀ ਜਾ ਸਕਦੀ ਹੈ ਵੀਜ਼ੇ ਦੀ ਦੂਸਰਾ ਜਿਹੜਾ ਕੀਤਾ ਗਿਆ ਉਹ ਇੱਕ ਹੋਰ ਕੀਤਾ ਗਿਆ ਇਹਦੇ ਤਹਿਤ ਇਹ ਕਿ ਜਿਹੜਾ ਬੰਦਾ ਬਾਹਰੋਂ ਆਵੇ ਉਹ ਹੈਲਥ ਇੰਸ਼ੋਰੈਂਸ ਲੈ ਕੇ ਆਵੇ ਹੁਣ ਹੈਲਥ ਇੰਸ਼ੋਰੈਂਸ ਅਮਰੀਕਾ 'ਚ ਲੈਣ ਵਾਸਤੇ ਇੱਥੋਂ ਦਾ ਸੋਸ਼ਲ ਸਿਕਿਉਰਿਟੀ ਨੰਬਰ ਚਾਹੀਦਾ ਇੱਥੋਂ ਦੀ ਜਿਹੜੀ ਹੈਗੀ ਰੈਜ਼ਿਡੈਂਸੀ ਚਾਹੀਦੀ ਹੈ ਜਿਹੜਾ ਕਦੇ ਅਮਰੀਕਾ ਆਇਆ ਹੀ ਨਹੀਂ ਉਹ ਅਮਰੀਕਾ 'ਚ ਹੈਲਥ ਇੰਸ਼ੋਰੈਂਸ ਕਿਸ ਤਰ੍ਹਾਂ ਲੈ ਸਕਦਾ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਇਹ ਕਿਥੀਆਂ ਗਈਆਂ ਸੋ ਇਹਦੇ ਬਾਰੇ ਜਿਹੜੀਆਂ ਉਹਦੀ ਕੋਸ਼ਿਸ਼ ਇਹ ਸੀਗੀ ਕਿ ਜਿੰਨੀ ਵੀ ਇਮੀਗ੍ਰੇਸ਼ਨ ਘੱਟ ਕੀਤੀ ਜਾਵੇ ਲੋਕੀ ਘੱਟ ਅਮਰੀਕਾ ਚ ਆਉਣ ਤੇ ਉਹਨਾਂ ਅਮਰੀਕਾ ਲਈ ਚੰਗਾ ਜੋ ਕਿ ਜਿਹੜੀ ਹਿਸਟਰੀ ਆ ਜਾਂ ਜਿਹੜੇ ਫੈਕਟਸ ਨੇ ਉਹ ਸ਼ੋਅ ਕਰਦੇ ਨੇ ਕਿ ਅਮਰੀਕਾ ਨੂੰ ਹਮੇਸ਼ਾ ਇਮੀਗ੍ਰੇਸ਼ਨ ਦਾ ਫਾਇਦਾ ਹੋਇਆ ਜਿੰਨੇ ਵੀ ਲੋਕੀ ਅਮਰੀਕਾ ਦੇ ਵਿੱਚ ਵਾਧਾ ਆਏ ਉਹਨੇ ਹੀ ਜ਼ਿਆਦਾ ਅਮਰੀਕਾ ਦੀ ਜਿਹੜੀ ਇਕਨੋਮੀ ਗਰੋ ਹੋਈ ਤੇ ਅਡ ਅਡ ਬਿਜ਼ਨਸ ਗਰੋ ਹੋਏ ਹੁਣ ਇਕਨੋਮੀ ਜਿਹੜੀ ਆ ਇਹਨੂੰ ਜਿੱਥੇ ਡਾਕਟਰਾਂ ਦੀ ਲੋੜ ਆ ਨਰਸਾਂ ਦੀ ਲੋੜ ਆ ਇੰਜੀਨੀਅਰ ਦੀ ਲੋੜ ਆ ਉੱਥੇ ਨਾਲ-ਨਾਲ ਫਾਰਮ ਵਰਕਰਜ਼ ਦੀ ਵੀ ਲੋੜ ਆ ਜਿਹੜੇ ਬੰਦੇ ਕੰਸਟਰਕਸ਼ਨ ਦਾ ਕੰਮ ਕਰਦੇ ਆ ਉਹਨਾਂ ਦੀ ਵੀ ਲੋੜ ਆ ਜਿਹੜੇ ਗੈਸ ਸਟੇਸ਼ਨਾਂ ਤੇ ਕੰਮ ਕਰਦੇ ਆ ਉਹਨਾਂ ਦੀ ਵੀ ਲੋੜ ਆ ਜਿਹੜੇ ਕਲੀਨਿੰਗ ਵਾਲੇ ਆ ਉਹਨਾਂ ਦੀ ਵੀ ਲੋੜ ਆ ਜਿਹੜੇ ਜਿਹੜੇ ਕਾਰ ਵਾਸ਼ ਤੇ ਕੰਮ ਕਰਦੇ ਆ ਉਹਨਾਂ ਦੀ ਵੀ ਲੋੜ ਆ ਸੋ ਇਹ ਹਰ ਕਿਸਮ ਦੇ ਬੰਦੇ ਦੀ ਲੋੜ ਆ ਟਰੱਕ ਡਰਾਈਵਰ ਦੀ ਲੋੜ ਆ ਟੈਕਸੀ ਡਰਾਈਵਰ ਦੀ ਲੋੜ ਆ ਸੋ ਇਹ ਨਹੀਂ ਆਪਾਂ ਕਹਿ ਸਕਦੇ ਕਿ ਇੱਕ ਸਰਟਨ ਅਮਾਉਂਟ ਜਿਹੜੇ ਕੋਈ ਸਰਟਨ ਕਿਸਮ ਦੇ ਬੰਦੇ ਆਉਣਗੇ ਜਾਂ ਜਾਂ ਜਿਹੜੀ ਸਰਟਨ ਅਮਾਉਂਟ ਅਰਨ ਕਰਦੇ ਆ ਉਹਨਾਂ ਦੀ ਹੀ ਲੋੜ ਆ ਸੋ ਇਹਦੇ ਚ ਜਿਹੜਾ ਭਮਾ ਜਿਹੜਾ ਮਿਨੀਮਮ ਵੇਜ ਅਰਨ ਕਰਦਾ ਉਹ ਵੀ ਇਕਨੋਮੀ ਲਈ ਜਿਹੜਾ ਫਾਇਦੇਮੰਦ ਆ ਇਕ ਜਿਹੜਾ ਬਹੁਤ ਜ਼ਿਆਦਾ ਅਰਨ ਕਰਦਾ ਉਹ ਵੀ ਫਾਇਦੇਮੰਦ ਆ ਸੋ ਇਹਨੂੰ ਹਿਸਟਰੀ ਨੇ ਅਪਰੂਵ ਕੀਤਾ ਤੇ ਅਮਰੀਕਨ ਲੋਕਾਂ ਨੇ ਜਿਹੜੀਆਂ ਉਹਦੀਆਂ ਇਹ ਪਾਲਿਸੀਆਂ ਸੀਗੀਆਂ ਟਰੰਪ ਦੀਆਂ ਉਹਨਾਂ ਨੂੰ ਰਿਜੈਕਟ ਕੀਤਾ ਤੇ ਉਹਨੂੰ ਹਰਾਇਆ ਤੇ ਹਾਰਨ ਦੇ ਹੋਰ ਵੀ ਕਾਰਨ ਕਾਫੀ ਸੀ ਪਰ ਇੱਕ ਇਹ ਵੀ ਇਮੀਗ੍ਰੇਸ਼ਨ ਦਾ ਕਾਰਨ ਸੀ ਉਹਨੇ ਜਿੰਨੀ ਇਹਦੇ ਚ ਤੰਗੀ ਕੀਤੀ ਤੇ ਉਹਦੇ ਨਾਲ ਨਾਲ ਜੋ ਬਾਈਡਨ ਜਿਹੜੇ ਸੀ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਹੁਣ ਜੋ ਬਾਈਡਨ ਦੇ ਬਣਨ ਤੋਂ ਬਾਅਦ ਇਹਨਾਂ ਨੇ ਜਿਵੇਂ ਕਿ ਵਾਦਾ ਕੀਤਾ ਸੀ ਉਸ ਤਰ੍ਹਾਂ ਚੱਲਦੇ ਆ ਜੋ ਟਰੰਪ ਨੇ ਇਮੀਗ੍ਰੇਸ਼ਨ ਦੇ ਵਿੱਚ ਰੈਸਟ੍ਰਿਕਸ਼ਨਸ ਲਾਈਆਂ ਸੀ ਉਹਨਾਂ ਨੂੰ ਚੇਂਜ ਕਰਨ ਦੀ ਉਹਨਾਂ ਨੂੰ ਜਿਆਦਾ ਲਿਬਰਲਾਈਜ਼ ਕਰਨ ਦਾ ਪ੍ਰੋਸੈਸ ਆ ਸ਼ੁਰੂ ਕੀਤਾ ਤੇ ਉਹ ਪ੍ਰੋਸੈਸ ਦੇ ਤਹਿਤ ਉਹਨਾਂ ਨੇ ਪਹਿਲਾਂ ਤਾਂ ਐਗਜ਼ੀਕਟਿਵ ਆਰਡਰ ਕੀਤੇ ਜਿਨ੍ਹਾਂ ਵਿੱਚ ਕਿ ਜਿਹੜੀ ਟਰੰਪ ਦੁਵਾਰ ਬਣਾ ਰਿਹਾ ਸੀਗਾ ਜਿਹੜੀ ਵਾਲ ਸੋ ਕਾਲਡ ਮੈਕਸੀਕੋ ਤੇ ਅਮਰੀਕਾ ਦੇ ਬਾਰਡਰ ਤੇ ਆ ਉਹਨੂੰ ਬੰਦ ਕੀਤਾ ਕਿਉਂਕਿ ਉਹੜੀ ਵਾਲ ਸੀਗੀ ਉਹ ਜਿਹੜੀ ਕਾਂਗਰਸ ਦੁਆਰਾ ਉਹ ਜਿਹੜੀ ਫੰਡਿੰਗ ਨਹੀਂ ਸੀ ਕੀਤੀ ਗਈ ਆਥਰਾਇਜ਼ ਨਹੀਂ ਸੀ ਉਹ ਜਿਹੜਾ ਡਿਫੈਂਸ ਡਿਪਾਰਟਮੈਂਟ ਆ ਉਹਦੇ ਜਿਹੜੇ ਅ ਸੀਗੇ ਫੰਡਸ ਉਹਨਾਂ ਤੋਂ ਲੈ ਕੇ ਕੀਤੀ ਜਾ ਰਹੀ ਸੀ ਤੇ ਉਹਦੇ ਨਾਲ ਨਾਲ ਇਹਨਾਂ ਨੇ ਜਿਹੜੇ ਵੀ ਸਾਰੇ ਡਿਪਾਰਟਮੈਂਟਾਂ ਨੂੰ ਕਿਹਾ ਵੀ ਜਿਹੜੇ ਰੂਲਸ ਨੇ ਜਿਹੜੇ ਰੂਲਸ ਕੋਈ ਵੀ ਡਿਪਾਰਟਮੈਂਟ ਟਰੰਪ ਦੇ ਬਣਾਏ ਹੋਏ ਇੰਪਲੀਮੈਂਟ ਨਾ ਕਰੇ ਤੇ ਜਿਹੜਾ ਡਿਪਾਰਟਮੈਂਟ ਦਾ ਪੋਲੀਟੀਕਲ ਹੈੱਡ ਹੁਣ ਉਹਨਾਂ ਨੇ ਪੁਆਇੰਟ ਜਿਹੜੇ ਕਿ ਸੈਕਟਰੀਜ਼ ਨੇ ਉਹਨਾਂ ਤੋਂ ਜਿਹੜਾ ਪੁੱਛੇ ਬਣਾ ਕੋਈ ਵੀ ਰੂਲ ਇੰਪਲੀਮੈਂਟ ਨਾ ਹੋਵੇ ਜਿਹਦੇ ਵਿੱਚ ਕਿ ਹੋਮਲੈਂਡ ਸਕਿਉਰਿਟੀ ਡਿਪਾਰਟਮੈਂਟ ਵੀ ਆ ਜਿਹਦੇ ਅੰਡਰ ਯੂਐਸਸੀਐਸ ਆਉਂਦੀ ਆ ਡਿਪਾਰਟਮੈਂਟ ਆਫ ਸਟੇਟ ਵੀ ਆ ਅਟਾਰਨੀ ਜਨਰਲ ਦਾ ਵੀ ਆ ਸਾਰੇ ਆ ਤੇ ਉਹਦੇ ਨਾਲ ਨਾਲ ਉਹਨਾਂ ਨੇ ਜਿਹੜਾ ਡਾਕਾ ਦਾ ਪ੍ਰੋਗਰਾਮ ਸੀਗਾ ਜਿਹਨੂੰ ਕਿ 트럼ਪ ਨੇ ਮਤਲਬ ਬੰਦ ਕੀਤਾ ਸੀ ਆਪਣੇ ਕਾਰਜਕਾਰਦਨਾਂ ਉਸ ਤੋਂ ਬਾਅਦ ਕੋਰਟ ਨੇ ਉਹਦਾ ਜਿਹੜਾ ਬੈਨ ਸੀ ਤੋੜਿਆ ਫਿਰ ਉਸ ਤੋਂ ਬਾਅਦ ਉਹ ਸੁਪਰੀਮ ਕੋਰਟ ਚ ਗਿਆ ਸੁਪਰੀਮ ਕੋਰਟ ਨੇ ਵੀ ਲਾਸਟ ਇਅਰ ਇਹ ਫੈਸਲਾ ਕੀਤਾ 트럼ਪ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਕਿ ਉਹਨਾਂ ਨੇ ਪ੍ਰੋਪਰ ਪ੍ਰੋਸੀਜਰ ਹੀ ਫਾਲੋ ਨਹੀਂ ਕੀਤਾ ਤੇ ਉਹਦੇ ਕਰਕੇ ਉਹ ਡਾਕਾ ਦਾ ਪ੍ਰੋਗਰਾਮ ਦੁਆਰਾ ਰੀਨਸਟੇਟ ਹੋ ਗਿਆ ਡਾਕਾ ਉਹਨਾਂ ਬੱਚਿਆਂ ਲਈ ਹੈ ਜਿਹੜੇ ਕਿ ਅਨਡਾਕੂਮੈਂਟਡ ਛੋਟੀ ਉਮਰ ਚ ਆਪਣੇ ਮਾਪੇ-ਬਾਪ ਨਾਲ ਆਏ ਸੀ ਇੱਥੇ ਸਕੂਲ ਚ ਗਏ ਆ ਤੇ ਉਹ ਇੱਥੇ ਹੀ ਵੱਡੇ ਹੋਏ ਆ ਪੜ੍ਹੇ ਆ ਜੋ ਕਿ ਅਮਰੀਕਾ ਜੰਮੇ ਤਾਂ ਨਹੀਂ ਕਿਉਂਕਿ ਜਿਹੜਾ ਅਮਰੀਕਾ ਜੰਮਦਾ ਉਹ ਸਿਟੀਜ਼ਨ ਬਣ ਜਾਂਦਾ ਪਰ ਜਿਹੜੇ ਕਿ ਇੱਥੇ ਛੋਟੀ ਉਮਰ ਚ ਆ ਕੇ ਤੇ ਮੁੜ ਕੇ ਇੱਥੇ ਸਕੂਲ ਗਏ ਉਹਨਾਂ ਨੂੰ ਕਿਸੇ ਹੋਰ ਮੁਲਕ ਦਾ ਪਤਾ ਹੀ ਨਹੀਂ ਸੋ ਉਹਨਾਂ ਨੂੰ ਵਾਪਸ ਭੇਜਣਾ ਜਿਹੜਾ ਜਾਂ ਉਹਨਾਂ ਦੇ ਡੈਪੂਟੇਸ਼ਨ ਲਾਉਣੀ ਜਾਂ ਕਹਿਣਾ ਇਹ ਵਾਪਸ ਜਾਣ ਉਹ ਬੜਾ ਵੱਡਾ ਜੁਲਮ ਹੈ ਕਿਉਂਕਿ ਉਹਨਾਂ ਫੇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਉਹ ਅਮਰੀਕਾ ਦੇ ਵਿੱਚ ਰਹਿਣ ਦੀ ਜਿਹੜੀ ਆਗਿਆ ਦੇਣੀ ਜਾਂ ਪੱਕਾ ਕਰਨਾ ਇਹ 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 ਬਹੁਤ ਜ਼ਰੂਰੀ ਆ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਇਹਦੇ ਉੱਪਰ ਜਿਹੜੀ ਉਹ ਕਾਰਵਾਈ ਕਰ ਰਹੀ ਆ ਵੀ ਉਹਨਾਂ ਨੂੰ ਇੱਥੇ ਅਮਰੀਕਾ ਦੇ ਵਿੱਚ ਪੱਕਾ ਕੀਤਾ ਜਾਵੇ। ਉਹਦੇ ਬਾਰੇ ਉਹ ਪ੍ਰੋਗਰਾਮ ਦੁਬਾਰਾ ਬਾਈਡਨ ਨੇ ਰੀਇਨਸਟੇਟ ਕੀਤਾ ਤੇ ਉਹਦੇ ਨਾਲ ਨਾਲ ਉਹਨਾਂ ਨੇ ਜਿਹੜਾ ਸੈਂਸਸ ਦੇ ਨਾਲ 트੍ਰੰਪ ਨੇ ਛੇੜਖਾਨੀ ਕੀਤੀ ਸੀ ਜਿਹੜਾ ਕਿ ਸੈਂਸਸ ਇੱਥੇ ਹੁੰਦੀ ਆ ਕਿ ਲੋਕਾਂ ਦੀ ਜਿਹੜੀ ਹੈਗੀ ਆ ਉਹ ਜਨਗਣਨਾ ਹੁੰਦੀ ਹੈ ਗਿਨੇ ਜਾਂਦੇ ਆ ਵੀ ਕਿੰਨੇ ਲੋਕ ਇੱਥੇ ਰਹਿ ਰਹੇ ਆ ਕਿੰਨੀ ਵਾਦੀ ਵਧੀਆ ਕਿਹੜੇ ਸ਼ਹਿਰ ਦੀ ਕਿਹੜੀ ਸਟੇਟ ਦੀ ਉਹਦੇ ਚ ਉਹਨੇ ਐਗਜ਼ੈਕਟਿਵ ਆਰਡਰ ਕੀਤਾ ਸੀ ਵੀ ਜਿਹੜੇ ਸਿਟੀਜ਼ਨ ਨਹੀਂ ਹੈਗੇ ਜਾਂ ਗ੍ਰੀਨ ਕਾਰਡ ਹੋਲਡਰ ਨਹੀਂ ਹੈਗੇ ਵੀ ਇਹਨਾਂ ਬੰਦਿਆਂ ਨੂੰ ਆਪਾਂ ਜਿਹੜਾ ਹੈਗਾ ਉਹ ਤੋਂ ਕੱਢਿਆ ਸੈਂਸਸ ਤੋਂ ਕੱਢੀਏ ਉਹਦਾ ਵੀ ਜਿਹੜਾ ਹੈਗਾ ਸੁਪਰੀਮ ਕੋਰਟ ਚ ਗਿਆ ਸੁਪਰੀਮ ਕੋਰਟ ਸਹਿਮਤ ਨਹੀਂ ਹੋਈ ਕਿਉਂਕਿ ਉਹਦਾ ਰੀਜ਼ਨ ਹੈ ਕਿ ਜਿਹੜਾ ਯੂਐਸ ਕਨਸਟੀਟਿਊਸ਼ਨ ਆ ਉਹ ਇਸ ਗੱਲ ਦੀ ਡਿਸਟਿੰਕਸ਼ਨ ਨਹੀਂ ਕਰਦਾ ਕਿ ਸੈਂਸਸ ਲਈ ਸਿਰਫ ਜਿਹੜਾ ਗ੍ਰੀਨ ਕਾਰਡ ਹੋਲਡਰ ਹੈ ਸਿਟੀਜ਼ਨ ਆ ਉਹੀ ਉਹਦੇ ਵਿੱਚ ਰੱਖਿਆ ਜਾ ਹਵਾ ਪਾਣੀ ਦਾ ਇਸਤੇਮਾਲ ਕਰ ਰਿਹਾ ਉਹ ਅਮਰੀਕਾ ਦਾ ਖਾਣਾ ਖਾ ਰਿਹਾ ਅਮਰੀਕਾ ਦੀ ਸਪੇਸ ਯੂਜ਼ ਕਰ ਰਿਹਾ ਅਮਰੀਕਾ 'ਚ ਰਹਿ ਰਿਹਾ ਸੋ ਉਹਨੂੰ ਗਿਣਨਾ ਪੈਂਦਾ ਉਹ ਚਾਹੇ ਇੱਥੇ ਉਹਦੇ ਕੋਲੇ ਅਮਰੀਕਾਈ ਸਿਟੀਨਸ਼ਿਪ ਹੈ ਜਾਂ ਨਹੀਂ ਹੈ ਉਹ ਜਿਹੜਾ ਰੂਲ ਸੀ ਉਹਨੂੰ ਵੀ ਰੀਇਨਸਟੇਟ ਕੀਤਾ ਬਾਈਡਨ ਨੇ ਕਿ ਆ ਵੀ ਸੈਂਸਸ ਦੇ ਵਿੱਚ ਤੁਸੀਂ ਇਸ ਗੱਲ ਨੂੰ ਯੂਜ਼ ਕਰਕੇ ਕਿਹਨਾਂ ਬੰਦਿਆਂ ਕੋਲ ਸਿਟੀਨਸ਼ਿਪ ਨਹੀਂ ਹੈਗੀ ਜਾਂ ਗ੍ਰੀਨ ਕਾਰਡ ਨਹੀਂ ਹੈਗਾ ਸੈਂਸਸ 'ਚੋਂ ਨਹੀਂ ਕੱਢ ਸਕਦੇ ਸੋ ਉਹ ਵੀ ਐਗਜ਼ੀਕਟਿਵ ਆਰਡਰ ਕੀਤਾ ਉਹਦੇ ਨਾਲ ਨਾਲ ਜਿਹੜੇ ਹੁਣ ਆ ਆ ਜਿਹੜਾ ਵੀਕ ਲੰਘਿਆ ਇਹਦੇ ਵਿੱਚ ਐਗਜ਼ੈਕਟਿਵ ਆਰਡਰ ਹੋਏ ਨੇ ਉਹ ਉਹ ਤਿੰਨ ਐਗਜ਼ੈਕਟਿਵ ਆਰਡਰਾਂ ਬਾਰੇ ਵੀ ਆਪਾਂ ਗੱਲ ਕਰਨੀ ਹੈ ਜਿਹੜੇ ਕਿ ਉਹ ਤਿੰਨ ਜਿਹੜੇ ਮੋਰ ਇੰਪੋਰਟੈਂਟ ਨੇ ਉਹ ਚ ਪਹਿਲਾ ਤਾਂ ਹੈਗਾ ਕਿ ਕ੍ਰੀਏਸ਼ਨ ਆਫ ਫੈਮਿਲੀ ਯੂਨੀਫਿਕੇਸ਼ਨ ਟਾਸਕ ਫੋਰਸ 트럼ਪ ਦੇ ਕਾਰਜਕਾਲ ਕਾਲ ਦੌਰਾਨ ਕੀ ਹੋਇਆ ਵੀ ਜਿਹੜੇ ਲੋਕ ਆਪਣੀਆਂ ਫੈਮਲੀਆਂ ਨਾਲ ਆਏ ਜਿਵੇਂ ਹਸਬੰਡ ਵਾਈਫ ਬੱਚੇ ਛੋਟੇ ਆਏ ਉਹਨਾਂ ਨੂੰ ਜਿਹੜੇ ਬੱਚਿਆਂ ਨੂੰ ਉਹਨਾਂ ਦੇ ਮਾਪੇ ਬਾਪ ਤੋਂ ਅਟ ਕਰ ਦਿੱਤਾ ਗਿਆ ਮਾਪੇ ਬਾਪ ਨੂੰ ਰਿਪੋਰਟ ਕਰ ਦਿੱਤਾ ਗਿਆ ਤੇ ਬੱਚਿਆਂ ਨੂੰ ਇੱਥੇ ਉਹ ਕਈਆਂ ਨੂੰ ਰਿਪੋਰਟ ਨਹੀਂ ਕਰ ਸਕੇ ਸੋ ਬੱਚਿਆਂ ਦਾ ਬੜਾ ਵੱਡਾ ਕ੍ਰਾਈਸਿਸ ਬਣਿਆ ਵੀ ਉਹ ਬੱਚਿਆਂ ਨੂੰ ਇਹ ਨਹੀਂ ਪਤਾ ਵੀ ਕਿੱਥੋਂ ਆਏ ਆ ਉਹਨਾਂ ਦੇ ਕੌਣ ਮਾਪੇ ਆ ਬੜੇ ਛੋਟੇ ਨੇ ਬੱਚੇ ਤੇ ਇਸ ਕਰਕੇ ਉਹ ਹੁਣ ਜਿਹੜੀ ਸਰਕਾਰ ਆ ਉਹਨੇ ਇੱਕ ਜਿਹੜੀ ਹੈਗੀ ਆ ਉਹ ਪਾਲਿਸੀ ਬਣਾਈ ਆ ਬਾਈਡਨ ਨੇ ਕਿ ਜਿਹੜਾ ਟਰੰਪ ਦਾ ਆਰਡਰ ਸੀਗਾ ਵੀ ਫੈਮਲੀਆ ਨੂੰ ਸੈਪਰੇਟ ਕੀਤਾ ਜਾਵੇ ਦੇਖੋ ਜੇ ਆਪਾਂ ਦੇਖੀਏ ਇਵਨ ਹਿਊਮਨ ਰਾਈਟ ਦੇ ਪੁਆਇੰਟ ਆਫ View ਨਾਲ ਵੀ ਕਿੱਡਾ ਵੱਡਾ ਜ਼ੁਲਮ ਸੀ ਇਹ ਕਿ ਉਹਨੇ ਆਰਡਰ ਕੀਤਾ ਸੀ ਕਿ ਤੋ ਫੈਮਲੀ ਆਉਂਦੀ ਆ ਬੱਚਿਆਂ ਨੂੰ ਮਾਪੇ ਤੋ ਅਡ ਕਰ ਦੋ ਹੁਣ ਬੱਚਿਆਂ ਨੂੰ ਛੋਟਿਆਂ ਨੂੰ ਮਾਪੇ ਤੋ ਅਡ ਕਰਨਾ ਇੱਕ ਬਾਹ ਇਹ ਇਹਦੇ ਨਾਲ ਤੁਸੀਂ ਇਹ ਹਿਸਾਬ ਲਾ ਸਕਦੇ ਹੋ ਵੀ ਬੱਚਿਆਂ ਦੀ ਮੈਂਟਲ ਹੈਲਥ ਤੇ ਤੇ ਮਾਪੇ ਦਾ ਹੈਲਥ ਤੇ ਕੀ ਅਸਰ ਪੈਂਦਾ ਹੋਊਗਾ ਤੇ ਉਸ ਜਿਹੜਾ 트াম্প ਨੇ ਆਰਡਰ ਕੀਤਾ ਸੀ ਉਸ ਆਰਡਰ ਨੂੰ ਬਾਈਡਨ ਨੇ ਖਤਮ ਕੀਤਾ ਉਹਨਾਂ ਨੇ ਐਗਜ਼ੈਕਟਿਵ ਆਰਡਰ ਕੀਤਾ ਕਿ ਇਹ ਜਿਹੜਾ ਆਰਡਰ ਹੈਗਾ ਜਿਹੜਾ ਕਿ ਇਹ ਕਹਿੰਦਾ ਵੀ ਬੱਚਿਆਂ ਨੂੰ ਮਾਪੇ ਨਾਲ ਅਟ ਕੀਤਾ ਜਾਵੇ ਇਹ ਆਰਡਰ ਅੱਜ ਤੋਂ ਜਿਹੜਾ ਕੈਨਸਲ ਕੀਤਾ ਜਾਂਦਾ ਹੁਣ ਬੱਚੇ ਮਾਪੇ ਤੋਂ ਅੱਡ ਨਹੀਂ ਹੋਣਗੇ ਜਿਹੜੇ ਕੋਈ ਇੱਥੇ ਆਉਣਗੇ ਨਾਲੇ ਉਹਨਾਂ ਨੇ ਇੱਕ ਟਾਸਕ ਫੋਰਸ ਬਣਾਈ ਆ ਜਿਹੜੀ ਕਿ ਉਹਦਾ ਇੰਚਾਰ ਜਿਹੜਾ ਹੋਮ ਲੈਂਡ ਸਕਿਉਰਿਟੀ ਦਾ ਸੈਕਟਰੀ ਹੋਏਗਾ ਤੇ ਉਹਦੇ ਜੇ ਕੀਤਾ ਵੀ ਉਹ ਆਇਡੈਂਟੀਫਾਈ ਕਰੇ ਵੀ ਜਿਹੜੇ ਬੱਚੇ ਇਥੇ ਹੁਣ ਅਮਰੀਕਾ ਦੇ ਵਿੱਚ ਪਹਿਲੇ ਜਿਹੜੇ ਲਾਸਟ ਇਅਰ ਜਾਂ ਉਸ ਤੋਂ ਪੁਰਾਣੇ ਸਾਲਾਂ ਚ ਆਏ ਆ ਉਹ ਰਹਿ ਰਹੇ ਆ ਉਹਨਾਂ ਦੇ ਮਾਪੇ ਪਤਾ ਨਹੀਂ ਕਿੱਥੇ ਨੇ ਵੀ ਉਹਨਾਂ ਦੇ ਮਾਪੇ ਬ ਨੂੰ ਲੱਭਿਆ ਜਾਵੇ ਤੇ ਉਹਨਾਂ ਨੂੰ ਬੱਚਿਆਂ ਨਾਲ ਜਿਹੜਾ ਯੂਨਾਈਟ ਕੀਤਾ ਜਾਵੇ ਇਹ ਉਹਨਾਂ ਨੇ ਸ਼ੁਰੂ ਕੀਤਾ ਤੇ ਉਹ ਜਿਹੜਾ ਡਾਟਾ ਉਹ ਦੱਸਦਾ ਵੀ ਤਕਰੀਬਨ 5000 ਇਦਾਂ ਦੇ ਪਰਿਵਾਰ ਨੇ ਜਿਹੜੇ ਕਿ 트럼ਪ ਦੇ ਕਾਰਜਕਾਲ ਜਿਹੜਾ ਉਹਦਾ ਸੀਗਾ ਟਿਨੇਅਰ ਉਹਦੇ ਦੌਰਾਨ ਆਏ ਤੇ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਮਾਪਿਓ ਤੋਂ ਸੈਪਰੇਟ ਕੀਤਾ ਗਿਆ ਹੁਣ ਤੁਸੀਂ ਇਮੇਜਿਨ ਕਰ ਸਕਦੇ ਹੋ ਵੀ ਕਿੰਨਾ ਇਹ ਜਿਹੜਾ ਡਿਸੀਜਨ ਸੀਗਾ 트럼ਪ ਐਡਮਿਨਿਸਟ੍ਰੇਸ਼ਨ ਦਾ ਕਿ 5000 ਪਰਿਵਾਰਾਂ ਦੇ ਬੱਚਿਆਂ ਨੂੰ ਉਹਨਾਂ ਤੋਂ ਸੈਪਰੇਟ ਕੀਤਾ ਜਾਵੇ ਇਹ ਇਹ ਕਿੰਨਾ ਇੱਕ ਸਮ ਦਾ ਜਿਹੜਾ ਹੈ ਡਿਸੀਜਨ क्रੂਅਲ ਸੀ ਤੇ ਹਿਊਮਨ ਰਾਈਟ ਦੀ ਜਿਹੜੀ ਹੈਗੀ ਆ ਉਹ ਕਿੰਨੀ ਵੱਡੀ ਵਾਇਲੇਸ਼ਨ ਸੀਗੀ ਤੇ ਉਹਨਾਂ ਚੋਂ ਤਕਰੀਬਨ ਜਿਹੜਾ ਆਪਣਾ ਡਾਟਾ ਸਰਕਾਰੀ ਦੱਸਦਾ ਵੀ 1000 ਜਿਹੜੇ ਬੱਚੇ ਨੇ ਉਹ ਇਦਾਂ ਦੇ ਅੱਜ ਨੇ ਜਿਨ੍ਹਾਂ ਨੂੰ ਕਿ ਉਹਦੇ ਮਾਪੇ ਦੇ ਨਾਲ ਦੁਬਾਰਾ ਯੂਨਾਈਟ ਨਹੀਂ ਕੀਤਾ ਜਾ ਸਕਿਆ ਅੱਜ ਵੀ ਸੋ ਉਹਨਾਂ ਦਾ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦੇ ਮਾਪੇ ਕਿੱਥੇ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਯੂਨਾਈਟ ਕਰਨਗੇ ਤੇ ਉਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਇਥੋਂ ਰਿਪੋਰਟ ਕੀਤਾ ਗਿਆ ਬੱਚੇ ਇੱਥੇ ਹੀ ਨੇ ਸੋ ਉਹਨਾਂ ਨੂੰ ਉਹਨਾਂ ਦਾ ਇਕੱਠਾ ਕਰਨ ਵਾਸਤੇ ਜਿਹੜੀ ਹੈਗੀ ਆ ਇਹ ਟਾਸਕ ਫੋਰਸ ਬਣਾਈ ਗਈ ਆ ਤੇ ਇਹਦਾ ਹੁਣ ਇਹ ਕੰਮ ਹੋਊਗਾ ਕਿ ਇਹ ਜਿਹੜੀ ਰਿਪੋਰਟ 120 ਦਿਨ ਦੇ ਵਿੱਚ ਵਿੱਚ ਉਹ ਰਿਪੋਰਟ ਦਊਗੀ ਆਪਣੀ ਕਿ ਉਹਨਾਂ ਨੇ ਉਹ ਜਿਹੜੇ ਮਾਪੇ ਬ ਨੇ ਆਇਡੈਂਟੀਫਾਈ ਕੀਤੇ ਆ ਪਰ ਗਾਂ ਵਾਸਤੇ ਉਹਨਾਂ ਨੇ ਕਰਤਾ ਵੀ ਜੇ ਅੱਗੇ ਤੋਂ ਕੋਈ ਅਮਰੀਕਾ ਦੇ ਵਿੱਚ ਅਨ ਡਾਕੂਮੈਂਟਡ ਫੈਮਿਲੀ ਆਊਗੀ ਤੇ ਉਹ ਬੱਚਿਆਂ ਨੂੰ ਮਾਪੇ ਤੋਂ ਅੱਡ ਨਹੀਂ ਕੀਤਾ ਜਾਊਗਾ ਤੇ ਮੈਂ ਕਹਾਂਗਾ ਇਹ ਬਹੁਤ ਹੀ ਚਲਾਗਾ ਯੋਗ ਜਿਹੜਾ ਕਦਮ ਹੈ ਕਿਉਂਕਿ ਇਹ ਇਨਸਾਨੀਅਤ ਦੇ ਤੌਰ ਤੇ ਵੀ ਤੇ ਜਿਹੜੇ ਹਿਊਮਨ ਰਾਈਟ ਦੇ ਤੌਰ ਤੇ ਵੀ ਤੇ ਪਲੱਸ ਜਿਹੜੇ ਉਹਨਾਂ ਦੇ ਹੱਕ ਨੇ ਜਿਹੜੇ ਬੰਦੇ ਆਉਂਦੇ ਨੇ ਆਫਟਰ ਆਲੋ ਹਿਊਮਨ ਬੀਇੰਗਸ ਨੇ ਉਹ ਜੇ ਚਲੋ ਇੱਥੇ ਅਨ ਡਾਕੂਮੈਂਟਡ ਆਏ ਨੇ ਜੋ ਕਿ ਅਸੀਂ ਨਹੀਂ ਪ੍ਰੋਟਾ ਕਰਦੇ ਕੋ ਅਨ ਡਾਕੂਮੈਂਟਡ ਆਵੇ ਸੋ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਅਨ ਡਾਕੂਮੈਂਟਡ ਨਾ ਹੋ ਕਿਉਂਕਿ ਇੱਥੇ ਬੜੇ ਰਿਸਕ ਨੇ ਤੇ ਜਿਹੜਾ ਲੀਗਲ ਸਿਸਟਮ ਰਾਈ ਹੀ ਆਉਣਾ ਚਾਹੀਦਾ ਇਸ ਤਰੀਕੇ ਨਾਲ ਨਹੀਂ ਆਉਣਾ ਚਾਹੀਦਾ ਪਰ ਜੇ ਕਿਸੇ ਨੂੰ ਕੋ ਮਜਬੂਰੀ ਆ ਕੋ ਆ ਗਿਆ ਉਹਦਾ ਮਤਲਬ ਇਹ ਨਹੀਂ ਕਿ ਉਹ ਇਨਸਾਨ ਨਹੀਂ ਆ ਉਹਨੂੰ ਤੁਸੀਂ ਜਿਹੜਾ ਹੈਗਾ ਉਹ ਇਦਾਂ ਟ੍ਰੀਟ ਕਰੋ ਵੀ ਜਿਵੇਂ ਤੁਸੀਂ ਉਹਦੀ ਜਿਹੜੀ ਟ੍ਰੀਟਮੈਂ ਉਹ ਬਹੁਤ ਜ਼ਿਆਦਾ क्रूअल ਹੋਵੇ ਇਨ ਹਿਊਮਨ ਹੋਵੇ ਤਾਂ ਇਹ ਗੱਲ ਜਿਹੜੀ ਹੈਗੀ ਆ ਇਹ ਕਿਸੇ ਵੀ ਕਸਬਟੀ ਤੇ ਪੂਰੀ ਨਹੀਂ ਉਤਰਦੀ ਜਿਹੜਾ ਦੂਸਰਾ ਐਗਜ਼ੈਕਟਿਵ ਆਰਡਰ ਕੀਤਾ ਉਹ ਹੈਗਾ ਬਿਗਨਿੰਗ ਦਾ ਵਰਕ ਆਫ ਲਿਫਟਿੰਗ ਰੈਸਟ੍ਰਿਕਸ਼ਨਸ ਔਨ ਅਸੈਲਮ ਐਂਡ ਬਾਰਡਰ ਹੁਣ ਅਸੈਲਮ ਜਿਹੜਾ ਆਪਾਂ ਬਾਰਡਰ ਤੇ ਅਪਲਾਈ ਕਰਦੇ ਆ ਉਹ ਇੱਥੇ ਹੁੰਦਾ ਵੀ ਜਦੋਂ ਕੋਈ ਬੰਦਾ ਆਉਂਦਾ ਅਨ ਡਾਕੂਮੈਂਟਡ ਉਹ ਸੈਲਮ ਦਾ ਜਿਹੜਾ ਬਾਰਡਰ ਦੇ ਉੱਤੇ ਅਪਲਾਈ ਕਰਦਾ ਤਾਂ ਉਹਨੂੰ ਅੱਗੇ ਐਂਟਰੀ ਮਿਲਦੀ ਆ ਆਉਣ ਦੀ ਉਹਦਾ ਜਿਹੜੀ 트럼ਪ ਐਡਮਿਨਿਸਟ੍ਰੇਸ਼ਨ ਦੀ ਪਾਲਿਸੀ ਸੀਗੀ ਜ਼ੀਰੋ ਟੋਲਰੈਂਸ ਪਾਲਿਸੀ ਉਹਨੇ ਇਹ ਕੀਤਾ ਵੀ ਕੋਈ ਬੰਦਾ ਵੀ ਜਿਹੜਾ ਇੱਥੇ ਆਊਗਾ ਉਹਨੂੰ ਤੁਸੀਂ ਚੱਕ ਕੇ ਰਿਪੋਰਟ ਕਰੋ। ਉਹਦੇ ਨਾਲ ਨਾਲ ਉਹਨੇ ਜਿਹੜਾ ਹੈਗਾ ਇਸ ਕਿਸਮ ਦੇ ਸਿਸਟਮ ਬਣਾਏ ਵੀ ਬੌਂਡ ਨਾ ਹੋਵੇ ਲੋਕਾਂ ਦਾ ਜਿਹੜੀ ਪਹਿਲੀ ਇੱਕ ਇੰਟਰਵਿਊ ਹੁੰਦੀ ਐ ਉਹਨੂੰ ਕ੍ਰੈਡੀਬਲ ਫੀਅਰ ਇੰਟਰਵਿਊ ਕਹਿੰਦੇ ਆ। ਜਦੋਂ ਬੰਦਾ ਉਹ ਚੋਂ ਪਾਸ ਹੁੰਦਾ ਤਾਂ ਉਸ ਤੋਂ ਬਾਅਦ ਉਹਦਾ ਕੇਸ ਇਮੀਗ੍ਰੇਸ਼ਨ ਜੱਜ ਕੋਲ ਜਾਂਦਾ ਫਿਰ ਉਹ ਬੌਂਡ ਲਾ ਸਕਦਾ ਜਾਂ ਸੈਲਮ ਦਾ ਕੇਸ ਲਾ ਸਕਦਾ। 트럼ਪ ਦੇ ਕਾਰਜਕਾਲ ਦੌਰਾਨ 90% ਤੋਂ ਉੱਪਰ ਬੰਦਿਆਂ ਨੂੰ ਜਿਹੜੀ ਪਹਿਲੇ ਇੰਟਰਵਿਊ ਆ ਕਰੈਡੀਬਲ ਫੀਅਰ ਉਹਦੇ ਵਿੱਚ ਹੀ ਫੇਲ ਕੀਤਾ ਗਿਆ ਜਿਹਦੇ ਕਰਕੇ ਉਹ ਲਿਜਿਬਲ ਨਹੀਂ ਸੀ ਕਿਸੇ ਬੌਂਡ ਲਈ ਜਾਂ ਕਿਸੇ ਸੈਲਮ 라ਉਂਡ ਲਈ ਜਿਹਦੇ ਤਹਿਤ ਉਹ ਵਾਪਸ ਰਿਪੋਰਟ ਕੀਤੇ ਗਏ ਉਸ ਪਾਲਿਸੀ ਨੂੰ ਇਸ ਐਗਜ਼ੀਕਟਿਵ ਆਰਡਰ ਦੇ ਨਾਲ ਖਤਮ ਕਰ ਦਿੱਤਾ ਗਿਆ ਇਹ ਵੀ ਇੱਕ ਬਹੁਤ ਵੱਡੀ ਸਹੂਲਤ ਆ ਸੈਲਮ ਵਾਲਿਆਂ ਲਈ ਤੇ ਉਹਨਾਂ ਨੇ ਇਹ ਕਿਹਾ ਕਿ ਇਸ ਐਗਜ਼ੀਕਟਿਵ ਆਰਡਰ ਦੇ ਵਿੱਚ ਕਿ ਜਿਹੜੇ ਸੈਲਮ ਦੇ ਵਿੱਚ ਜੁੜੀਆਂ ਇਸ ਕਿਸਮ ਦੀਆਂ ਰੈਸਟ੍ਰਿਕਸ਼ਨਸ ਲਾਈਆਂ ਨੇ ਇਹਨਾਂ ਰੈਸਟ੍ਰਿਕਸ਼ਨਾਂ ਨੂੰ ਇਹ ਖਤਮ ਕੀਤਾ ਜਾਵੇ ਤੇ ਉਹਦੇ ਨਾਲ ਨਾਲ ਉਹਨਾਂ ਨੇ ਇਹ ਕਿਹਾ ਕਿ ਇਹ ਅਡਰੈਸ ਕੀਤਾ ਜਾਵੇ ਵੀ ਜਿਹੜੇ ਲੋਕੀ সেন্ট্রਲ ਅਮਰੀਕਾ ਚੋਂ ਆਉਂਦੇ ਆ ਉਹਨਾਂ ਮੁਲਕਾਂ ਚੋਂ ਆਉਂਦੇ ਆ ਕਿਉਂ ਆਉਂਦੇ ਆ ਤੇ ਉਹਨਾਂ ਮੁਲਕਾਂ ਦੀਆਂ ਗਵਰਨਮੈਂਟਾਂ ਦੇ ਨਾਲ ਮਾਹੌਲ ਇਦਾਂ ਦਾ ਪੈਦਾ ਕੀਤਾ ਜਾਵੇ ਵੀ ਲੋਕੀ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਉਹਨਾਂ ਮੁਲਕਾਂ ਚੋਂ ਨਾ ਆਉਣ ਤੇ ਉਹ ਜਿਹੜੀ ਜਿਹੜਾ ਰੂਟ ਕੌਜ਼ ਹੈਗਾ ਮਾਈਗ੍ਰੇਸ਼ਨ ਦਾ ਉਹਨੂੰ ਸਟੱਡੀ ਕੀਤਾ ਜਾਵੇ ਉਹਦੇ ਨਾਲ ਨਾਲ ਹੀ ਇੱਕ ਟਰੰਪ ਐਡਮਿਨਿਸਟ੍ਰੇਸ਼ਨ ਨੇ ਪ੍ਰੋਗਰਾਮ ਬਣਾਇਆ ਸੀ ਜਿਹਨੂੰ ਕਹਿੰਦੇ ਆ ਮਾਈਗ੍ਰੈਂਟ ਪ੍ਰੋਟੈਕਸ਼ਨ ਪ੍ਰੋਟੋਕਾਲ ਉਹਦਾ ਮਤਲਬ ਇਹ ਆ ਵੀ ਜਿਹੜਾ ਬੰਦਾ ਕਿਸੇ ਕੰਟਰੀ ਚੋਂ ਲੰਘ ਕੇ ਆਉਂਦਾ ਚਾਹੇ ਮੈਕਸੀਕੋ ਚੋਂ ਆਉਂਦਾ ਜਾਂ ਉਹ ਕਿਸੇ ਹੋਰ ਕੰਟਰੀ ਤੋਂ ਆਉਂਦਾ ਗੁਆਟੇਮਾਲਾ ਤੋਂ ਆਉਂਦਾ ਉੱਥੇ ਸੈਲਮ ਅਪਲਾਈ ਕਰੇ ਪਹਿਲਾਂ ਜੇ ਉਹਨਾਂ ਮੁਲਕਾਂ 'ਚ ਸੈਲਮ ਅਪਲਾਈ ਨਹੀਂ ਕਰਦਾ ਅਮਰੀਕਾ 'ਚ ਨਹੀਂ ਕਰ ਸਕਦਾ ਤੇ ਉਹਨਾਂ ਮੁਲਕਾਂ ਦੇ ਨਾਲ ਅਮਰੀਕਾ ਨੇ ਇੱਕ ਸੈਲਮ ਕੋਆਪਰੇਟਿਵ ਐਗਰੀਮੈਂਟਸ ਕੀਤੀਆਂ ਸੀ ਜਿਹੜੀ ਕਿ ਉਹਨਾਂ ਨੇ ਜਿਹੜੀਆਂ ਐਗਰੀਮੈਂਟਸ ਕੀਤੀਆਂ ਮੁਲਕਾਂ ਦੇ ਨਾਲ ਉਹਦੇ ਵਿੱਚ ਐਲਸੈਲਵਾਡੋਰ ਗੁਆਟੇਮਾਲਾ ਹੰਡੋਰਸ ਆ ਉਹਦੇ ਨਾਲ ਨਾਲ ਜਿਹੜਾ ਮੈਕਸੀਕੋ ਨਾਲ ਵੀ ਕੀਤੀ ਉਹਨਾਂ ਮੁਲਕਾਂ 'ਚ ਇਹ ਸੀਗਾ ਕਿ ਜਿਹੜਾ ਬੰਦਾ ਆਊਗਾ ਪਹਿਲਾਂ ਉੱਥੇ ਸੈਲਮ ਕਰੇ ਜੇ ਉੱਥੇ ਨੂੰ ਸੈਲਮ ਨਹੀਂ ਮਿਲਦਾ ਤਾਂ ਉੱਥੇ ਡਿਪੋਰਟ ਕਰ ਦੋ ਅਮਰੀਕਾ ਤੱਕ ਪਹੁੰਚੇ ਹੀ ਨਾ ਸੋ ਉਹ ਜਿਹੜੀਆਂ ਜਿਹੜਾ ਸੀਗਾ ਸਿਸਟਮ ਉਹਨੂੰ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਵੀ ਰਿਵਿਊ ਕਰੋ ਤੇ ਰਿਵਿਊ ਕਰਕੇ ਜੋ ਵੀ ਚੇਂਜੇਸ ਹੈਗੀਆਂ ਉਹ ਕੀਤੀਆਂ ਜਾਣ ਤੇ ਇਹਦੇ ਨਾਲ ਨਾਲ ਜਿਹੜਾ ਟਰੰਪ ਨੇ ਕੀਤਾ ਸੀਗਾ ਇੱਕ ਇੱਕ ਪ੍ਰੋਗਰਾਮ ਬਣਾਇਆ ਸੀ ਉਹਦਾ ਨਾਂ ਰੱਖਿਆ ਸੀ ਪ੍ਰੋਂਪਟ ਸੈਲਮ ਰਿਵਿਊ ਪ੍ਰੋਗਰਾਮ ਤੇ ਹਿਮੈਨਿਟੇਰੀਅਨ ਸੈਲਮ ਰਿਵਿਊ ਪ੍ਰੋਗਰਾਮ ਜਿਹਦੇ ਵਿੱਚ ਉਹ ਜਿਹੜਾ ਆਉਂਦਾ ਸੀ ਬੰਦਾ ਬਿਨਾਂ ਕਿ ਉਹ ਤੋਂ ਕੋਈ ਪੁੱਛੇ ਦੱਸੇ ਉਹਨੂੰ ਜਾਨੀ ਕਿ ਰਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਉਹਨੂੰ ਜਿਵੇਂ ਆਇਆ ਉਦਾਂ ਰਿਪੋਰਟ ਕਰ ਦੋ ਤੇ ਨਾਂ ਉਹਦਾ ਰੱਖਿਆ ਸੀ ਹਿਮੈਨਿਟੇਰੀਅਨ ਸੈਲਮ ਰਿਵਿਊ ਪ੍ਰੋਗਰਾਮ ਦੱਸੋ ਇਹਦੇ ਵਿੱਚ ਕਿਹੜੀ ਹਿਮੈਨਿਟੇਰੀਅਨ ਇਹ ਗਰਾਊਂਡ ਆ ਵੀ ਜਿਹੜਾ ਆ ਗਿਆ ਉਹਨੂੰ ਬਿਨਾਂ ਸੁਣੇ ਬਿਨਾਂ ਕਿਸੇ ਜੱਜ ਦੇ ਉਦਾਂ ਰਿਪੋਰਟ ਕਰ ਦੋ ਪਰ ਉਹ ਕੀਤਾ ਉਹਨਾਂ ਪ੍ਰੋਗਰਾਮਾਂ ਨੂੰ ਬਾਈਡਨ ਸਾਹਿਬ ਨੇ ਐਗਜ਼ੀਕਟਿਵ ਆਰਡਰ ਕਰਕੇ ਰੋਕ ਦਿੱਤਾ ਉਹਨਾਂ ਨੇ ਕਿਹਾ ਵੀ ਇਹ ਗਲਤ ਨੇ ਤੇ ਰਿਵਿਊ ਕਰੋ ਵੀ ਇਹਨਾਂ ਦੇ ਵਿੱਚ ਜਿਹੜੀਆਂ ਚੇਂਜਸ ਕੀ ਕੀਤੀਆਂ ਜਾਂ ਤਾਂ ਇਹਨਾਂ ਨੂੰ ਐਜ਼ ਆਫ ਨਾਓ ਉਹਨਾਂ ਨੇ ਬੰਦ ਕਰਤਾ ਤੇ ਉਹਦੇ ਚ ਇਹ ਹੈ ਕਿ ਇਸੇ ਦੌਰਾਨ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਐਗਜ਼ੀਕਟਿਵ ਆਰਡਰ ਤੋਂ ਬਾਅਦ ਹੁਣ ਕੱਲ ਦੀ ਖਬਰ ਹੈਗੀ ਆ ਕਿ ਜਿਹੜਾ ਡਿਪਾਰਟਮੈਂਟ ਆਫ ਸਟੇਟ ਆ ਦਿਪਲੋਮੇਟਸ ਆਫ ਸਟੇਟ ਨੇ ਅਨਾਉਂਸ ਕੀਤਾ ਵੀ ਜਿਹੜੇ ਆ ਉਹ ਤਿੰਨ ਮੁਲਕਾਂ ਦੇ ਨਾਲ ਅਮਰੀਕਾ ਨੇ ਸੈਲਮ ਕੋਆਪਰੇਟਿਵ ਅਗਰੀਮੈਂਟਸ ਕੀਤੀਆਂ ਸੀਗੀਆਂ ਜਿਨ੍ਹਾਂ ਵਿੱਚ ਗੈਲਸਲਵਾਡੋਰ ਵੀ ਹੈਗਾ ਗੁਆਟੇਮਾਲਾ ਵੀ ਆ ਕਿ ਜਿਹੜਾ ਸੈਲਮ ਵਾਲਾ ਬੰਦਾ ਆਉਂਦਾ ਪਹਿਲਾਂ ਉੱਥੇ ਸੈਲਮ ਅਪਲਾਈ ਕਰੇ ਤੇ ਉਸ ਤੋਂ ਬਾਅਦ ਅੱਗੇ ਵਧੇ ਤੇ ਜੇ ਉੱਥੇ ਹੀ ਡੈਪੋਟੇਸ਼ਨ ਲਾਈ ਜਾਂਦੀ ਤਾਂ ਉੱਥੇ ਹੀ ਰਿਪੋਰਟ ਕੀਤਾ ਜਾਵੇ ਉਹ ਅਗਰੀਮੈਂਟ ਆ ਤਿੰਨਾ ਮੁਲਕਾਂ ਦੇ ਨਾਲ ਕੈਨਸਲ ਕਰ ਦਿੱਤੀਆਂ ਗਈਆਂ ਨੇ ਸੋ ਡਿਪਾਰਟਮੈਂਟ ਆਫ ਸਟੇਟ ਨੇ ਉਹਨਾਂ ਤਿੰਨਾਂ ਮੁਲਕਾਂ ਨੂੰ ਇਨਫਾਰਮ ਕਰਤਾ ਕਿ ਸਾਡੇ ਨਾਲ ਤੁਹਾਡੀ ਅਸੀਂ ਕੋਈ ਅਗਰੀਮੈਂਟ ਨਹੀਂ ਤੇ ਹ ਕਿ ਤੁਹਾਨੂੰ ਇਹ ਕਰਨ ਦੀ ਲੋੜ ਨਹੀਂ ਹੈ ਕਿ ਜਿਹੜਾ ਆਉਂਦਾ ਪਹਿਲਾਂ ਉੱਥੇ ਰੱਖੋ ਉਹਨੂੰ ਪਹਿਲਾਂ ਸੈਲਮ ਕਰੇ ਫਿਰ ਸੈਲਮ ਕਿਉਂਕਿ ਇਹਨਾਂ ਵਿੱਚੋਂ ਕਈ ਮੁਲਕਾਂ 'ਚ ਤਾਂ ਸੈਲਮ ਪ੍ਰੋਸੈਸ ਹੀ ਹੈ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਸੈਲਮ ਕੀ ਹੁੰਦਾ ਤੇ ਇਸੇ ਤਰ੍ਹਾਂ ਹੀ ਜਿਹੜਾ ਇਹ ਅਗਰੀਮੈਂਟਸ ਨੇ ਉਹ ਇਸ ਐਗਜ਼ੀਕਟਿਵ ਆਰਡਰ ਨੂੰ ਫਾਲੋ ਕਰਦੇ ਆ ਜਿਹੜਾ ਸਟੇਟ ਡਿਪਾਰਟਮੈਂਟ ਆ ਉਹਨਾਂ ਨੇ ਇਹ ਕੈਨਸਲ ਕਰ ਦਿੱਤੀਆਂ ਨੇ ਸੋ ਅੱਗੇ ਤੋਂ ਜਿਹੜਾ ਕੋਈ ਬੰਦਾ ਆਊਗਾ ਉਹਨਾਂ ਮੁਲਕਾਂ ਦੇ ਵਿੱਚ ਸੈਲਮ ਅਪਲਾਈ ਕਰਨ ਦੀ ਕੋਈ ਲੋੜ ਨਹੀਂ ਹੁਣ ਜਿਹੜਾ ਤੀਜਾ ਐਗਜ਼ੈਕਟਿਵ ਆਰਡਰ ਆ ਉਹ ਇਹ ਹੈਗਾ ਰਿਪੇਅਰਿੰਗ ਦਾ ਲੀਗਲ ਇਮੀਗ੍ਰੇਸ਼ਨ ਸਿਸਟਮ ਇਹਦਾ ਸਬੰਧ ਜਿਹੜੀ ਬਾਕੀ ਦੀ ਇਮੀਗ੍ਰੇਸ਼ਨ ਆ ਸੈਲਮ ਤੋਂ ਬਿਨਾ ਉਹਦੇ ਨਾਲ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿੰਨੇ ਵੀ 트ੰਪ ਨੇ ਰੂਲ ਬਣਾਏ ਰੈਗੂਲੇਸ਼ਨ ਬਣਾਏ ਚਾਹੇ ਹੋਮਲੈਂਡ ਸਕਿਉਰਿਟੀ ਦਾ ਜਿਹੜਾ ਐਕਟਿੰਗ ਸੈਕਟਰੀ ਸੀ ਉਹਨਾਂ ਦਾ ਉਹਨੇ ਬਣਾਏ ਚਾਹੇ 트ੰਪ ਨੇ ਆਪ ਐਗਜ਼ੈਕਟਿਵ ਆਰਡਰ ਕੀਤੇ ਤੇ ਉਹ ਸਾਰਿਆਂ ਨੂੰ ਜਿਹੜਾ ਉਹ ਰਿਵਿਊ ਕੀਤਾ ਜਾਵੇ ਕਿਉਂਕਿ ਜਿਵੇਂ ਆਪਾਂ ਪਹਿਲਾਂ ਹੁਣ ਇਹ ਗੱਲ ਜਿਹੜੀ ਹੈ ਕਹਿ ਚੁੱਕੇ ਆਂ ਕਿ ਇਹਨਾਂ ਜਿਹੜਾ ਮੰਤਵ ਸੀਗਾ ਉਹ ਲੀਗਲ ਇਮੀਗ੍ਰੇਸ਼ਨ ਨੂੰ ਤੰਗ ਕਰਨਾ ਸੀ ਲੀਗਲ ਇਮੀਗ੍ਰੇਸ਼ਨ ਨੂੰ ਘੱਟ ਕਰਨਾ ਸੀਗਾ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਐਫੀਡੇਵਟ ਆਫ ਸਪੋਰਟ ਦਾ ਇੱਕ ਰੂਲ ਸੀਗਾ ਕਿ ਜਿਹੜਾ ਐਫੀਡੇਟ ਆਫ ਸਪੋਰਟ ਦੇਊਗਾ ਜੇ ਉਹਦਾ ਕੋ ਰਿਲੇਟਿਵ ਇਥੇ ਆਉਂਦਾ ਤੇ ਉਹ ਉਹਦੇ ਅਗੇਂਸਟ ਯੂਜ਼ ਕੀਤਾ ਜਾਊਗਾ ਫਿਊਚਰ ਦੇ ਵਿੱਚ ਗਵਰਨਮੈਂਟ ਯੂਜ਼ ਕਰ ਸਕਦੀ ਹੈ ਜੇ ਉਹ ਰਿਲੇਟਿਵ ਜਿਹੜਾ ਪਬਲਿਕ ਸਿਸਟੈਂਸ ਲੈਂਦਾ ਉਹ ਰੂਲ ਨੂੰ ਵੀ ਹੁਣ ਬਾਈਡਨ ਨੇ ਜਿਹੜਾ ਉਹ ਉਹ ਖਤਮ ਕਰ ਦਿੱਤਾ ਐਗਜ਼ੈਕਟਿਵ ਆਰਡਰ ਨਾਲ ਇਹ ਬਹੁਤ ਵੱਡੀ ਗੱਲ ਆ ਕਿਉਂਕਿ ਇਹ ਇੱਕ ਬਹੁਤ ਵੱਡੀ ਰਿਕਵਰਡ ਸੀਗੀ ਕਿ ਜਿਹੜੀ ਫੈਮਿਲੀ ਇਮੀਗ੍ਰੇਸ਼ਨ ਆ ਜਿਵੇਂ ਤੁਹਾਡੇ ਹੁਣ ਜਿਵੇਂ ਸਿਟੀਜ਼ਨ ਆ ਉਹਦੇ ਭੈਣ ਭਰਾ ਨੇ ਆਉਣਾ ਉਹਨੂੰ ਐਫੀਡੇਵਟ ਆਫ ਸਪੋਰਟ ਦੇਣਾ ਪੈਂਦਾ ਜਾਂ ਹਸਬੰਡ ਨੂੰ ਵਾਈਫ ਲਈ ਜਾਂ ਵਾਈਫ ਨੂੰ ਹਸਬੰਡ ਲਈ ਦੇਣਾ ਪੈਂਦਾ ਜਾਂ ਕਿਸੇ ਦੇ ਮਾਪੇ ਬਾਪ ਨੇ ਆਉਣਾ ਉਹਨਾਂ ਲਈ ਦੇਣਾ ਪੈਂਦਾ ਕਈ ਵਾਰੀ ਬੰਦੇ ਦੀ ਇਨਕਮ ਘਟਾ ਉਹਨੂੰ ਨਾਲ ਜੁਆਇੰਟ ਸਪੌਂਸਰ ਲੈਣਾ ਪੈਂਦਾ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਰਤਾ ਸੀ ਵੀ ਜਿਹੜਾ ਐਫੀਡੇਵਟ ਆਫ ਸਪੋਰਟ ਲੈਂਦਾ ਉਹ ਜ਼ਿੰਮੇਵਾਰ ਹੋਊਗਾ ਤੇ ਜਿਹੜਾ ਜੁਆਇੰਟ ਸਪੌਂਸਰ ਆ ਉਹ ਵੀ ਜ਼ਿੰਮੇਵਾਰ ਹੋਊਗਾ ਸੋ ਕੱਲ ਨੂੰ ਇਹ ਰੂਲ ਇਸ ਕਰਕੇ ਬਣਾਇਆ ਗਿਆ ਸੀ ਵੀ ਕੋਈ ਐਫੀਡੇਟਾ ਸਪੋਰਟ ਨਾ ਦੇਵੇ ਡਰਦਾ ਮਾਰਾ ਤੇ ਬੰਦੇ ਉਥੋਂ ਨਾ ਆਉਣ ਉਸ ਰੂਲ ਨੂੰ ਬਾਈਡਨ ਨੇ ਐਗਜ਼ੈਕਟਿਵ ਆਰਡਰ ਕਰਕੇ ਖਤਮ ਕਰ ਦਿੱਤਾ ਸੋ ਇਹ ਬਹੁਤ ਵੱਡੀ ਗੱਲ ਆ ਹੁਣ ਜੇ ਕੋਈ ਐਫੀਡੇਟਾ ਸਪੋਰਟ ਦੇਊਗਾ ਉਹਦੇ ਖਿਲਾਫ ਉਹ ਗੱਲ ਜਿਹੜੀ ਨਹੀਂ ਯੂਜ਼ ਕੀਤੀ ਜਾ ਸਕਦੀ ਉਹਦੇ ਨਾਲ ਨਾਲ ਜਿਹੜਾ ਹੋਰ ਉਹਨਾਂ ਨੇ ਕੀਤਾ ਉਹ ਇਹ ਕੀਤਾ ਕਿ ਜਿਹੜਾ ਰਿਫਿਊਜੀ ਰੀਸੈਟਲਮੈਂਟ ਕੈਪ ਐਥੇ ਕ ਰਿਫਿਊਜੀਆ ਦਾ ਨੰਬਰ ਹੁੰਦੇ ਵੀ ਕਿੰਨੇ ਬੰਦੇ ਨੂੰ ਐਡਮਿਸ਼ਨ ਦੇਣੀ ਆ ਉਹ ਟਰੰਪ ਨੇ ਘਟਾ ਗਏ 15000 ਕਰਤਾ ਸੀ ਸਾਲ ਦਾ ਉਹ ਇਹਨਾਂ ਨੇ ਵਧਾਇਆ ਉਹ ਵਧਾ ਕੇ ਜਿਹੜਾ ਇਹਦਾ ਮਤਲਬ ਪਹਿਲਾਂ ਹੁੰਦਾ ਸੀ 125000 ਉੱਥੇ ਤੱਕ ਲੈ ਕੇ ਜਾਣਾ ਉਹ ਵੀ ਕੈਪ ਜਿਹੜਾ ਸੀ ਮਤਲਬ ਟਰੰਪ ਵਾਲਾ ਉਹ ਖਤਮ ਕਰ ਦਿੱਤਾ ਗਿਆ ਉਸ ਤੋਂ ਇਲਾਵਾ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਮਤਲਬ ਸਿਟੀਜ਼ਨਸ਼ਿਪ ਆ ਉਹਦਾ ਜਿਹੜਾ ਪ੍ਰੋਸੈਸ ਆ ਉਹਦੇ ਵਿੱਚ ਬਹੁਤ ਜ਼ਿਆਦਾ ਡਿਲੇ ਆ ਤੇ ਉਹਦੀਆਂ ਜਿਹੜੀਆਂ ਫੀਸਾਂ ਨੇ ਉਹ ਇਹਨਾਂ ਨੇ ਹੋਰ ਵਧਾਈਆਂ ਸੀ ਪਰ ਉਹ ਜੱਜ ਨੇ ਰੋਕਤੀਆਂ ਸੀ ਪਰ ਜਿਹੜੀਆਂ ਹੁਣ ਵੀ ਫੀਸ ਆ ਜ਼ਿਆਦਾ ਤੇ ਇਹਨੂੰ ਕਿਸੇ ਤਰੀਕੇ ਨਾਲ ਸਿੰਪਲੀਫਾਈ ਕੀਤਾ ਜਾਵੇ ਤੇ ਜਿਹੜਾ ਟੈਸਟ ਹੈਗਾ ਇਹਨੂੰ ਵੀ ਰਿਵਿਊ ਕੀਤਾ ਜਾਵੇ ਤੇ ਇਹਨੂੰ ਫਾਸਟ ਕੀਤਾ ਜਾਵੇ ਤਾਂ ਕਿ ਜ਼ਿਆਦਾ ਲੋਕੀ ਜਿਹੜੇ ਸਿਟੀਜ਼ਨ ਬਣ ਸਕਣ ਉਹ ਉਹਨਾਂ ਨੂੰ ਸਹੂਲਤ ਦਿੱਤੀ ਜਾਵੇ ਤਾਂ ਕਿ ਸਿਟੀਜ਼ਨ ਬਣਨ ਦੇ ਵਿੱਚ ਰੁਕਾਵਟਾਂ ਪਾਉਣ ਦੀ بجائے ਉਹਨੂੰ ਉਲਟਾ ਜਿਹੜਾ ਹੈਗਾ ਉਹ ਲੋਕਾਂ ਦੀ ਹੈਲਪ ਕੀਤੀ ਜਾਵੇ ਵੀ ਸਿਟੀਜ਼ਨ ਬਣ ਸਕਣ ਇੱਥੇ ਜਿਹੜੀ ਹੁਣ ਇਮੀਗ੍ਰੇਸ਼ਨ ਸੀ ਟਰੰਪ ਦੇ ਅੰਡਰ ਉਹ ਰੋਕਦੀ ਸੀ ਵੀ ਬੰਦੇ ਘੱਟ ਬਣਨ ਸਿਟੀਜ਼ਨ ਉਹਦੇ ਚਾਹੇ ਤਾਂ ਡਿਲੇ ਆ ਚਾਹੇ ਇਹਨਾਂ ਨੇ ਇੱਕ ਟੈਸਟ ਵੀ ਜ਼ਿਆਦਾ ਔਖਾ ਕਰਤਾ ਸੀ ਜਿਹੜਾ ਕਿ ਮੁੜ ਕੇ ਬਾਅਦ ਅਜੇ ਇੰਪਲੀਮੈਂਟ ਨਹੀਂ ਹੋਇਆ ਤੇ ਉਹਨਾਂ ਗੱਲਾਂ ਨੂੰ ਬਾਈਡਨ ਨੇ ਕਿਹਾ ਕਿ ਡੀਐਚਐਸ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਆ ਵੀ ਤੁਸੀਂ ਰੂਲ ਬਣਾਓ ਇਹ ਦੱਸੋ ਵੀ ਕਿਸ ਤਰ੍ਹਾਂ ਇਹਨੂੰ ਜਿਹੜਾ ਪ੍ਰੋਸੈਸ ਆ ਉਹਨੂੰ ਸਿੰਪਲੀਫਾਈ ਕੀਤਾ ਜਾ ਸਕਦਾ ਈਜ਼ੀ ਕੀਤਾ ਜਾ ਸਕਦਾ ਜੋ ਕਿ ਆਉਂਦੇ ਦਿਨਾਂ ਵਿੱਚ ਰੂਲ ਬਣਨਗੇ ਹੁਣ ਇਹ ਜਿਹੜੇ ਐਗਜ਼ੀਕਟਿਵ ਆਰਡਰ ਨੇ ਇਹਨਾਂ ਦਾ ਸਬੰਧ ਉਹਨਾਂ ਦੇ ਆਪਣੀ ਇੰਟਰਨਲ ਗਵਰਨਮੈਂਟ ਦੇ ਨਾਲ ਆ ਜਿਹਦੇ ਵਿੱਚ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਆ ਗਿਆ ਜਿਹਦੇ ਅੰਡਰ ਯੂਐਸਸੀਆਈ ਆਸ ਆਉਂਦੀ ਆ ਇਸ ਆਉਂਦੀ ਆ ਤੇ ਉਹਦੇ ਨਾਲ-ਨਾਲ ਜਿਹੜਾ ਅਟਾਰਨੀ ਜਨਰਲ ਹੋ ਗਿਆ ਜਿਹਦੇ ਅੰਡਰ ਕੇ ਜਿਹੜੀਆਂ ਇਮੀਗ੍ਰੇਸ਼ਨ ਕੋਟਾ ਆਉ ਤੇ ਇਮੀਗ੍ਰੇਸ਼ਨ ਦੀ ਇਨਫੋਰਸਮੈਂਟ ਆਉਂਦੀ ਆ ਤੇ ਉਹਦੇ ਨਾਲ ਨਾਲ ਜਿਹੜਾ ਸੈਕਟਰੀ ਆਫ ਸਟੇਟ ਹੋ ਗਿਆ ਜਿਹਦੇ ਅੰਡਰ ਕੇ ਬਾਹਰਲੇ ਮੁਲਕਾਂ ਨਾਲ ਜਿਹੜੀਆਂ ਸਾਰੀਆਂ ਐਮਬੈਸੀਆਂ ਨੇ ਅਮਰੀਕਾ ਦੀ ਉਹ ਆਉਂਦੀਆਂ ਤੇ ਬਾਹਰਲੇ ਮੁਲਕਾਂ ਨਾਲ ਜਿਹੜੀ ਐਗਰੀਮੈਂਟਾਂ ਨੇ ਚਾਹੇ ਸੈਲਮ ਦੇ ਨੇ ਜਾਂ ਦੂਸਰੇ ਨੇ ਹੁਣ ਸਾਰੀਆਂ ਐਮਬੈਸੀਆਂ ਉਹਨਾਂ ਦੇ ਅੰਡਰ ਨੇ ਐਮਬੈਸੀਆਂ ਨੇ ਕਿਸ ਤਰ੍ਹਾਂ ਕੰਮ ਚਲਾਉਣਾ ਕਿੱਦਾਂ ਲੋਕਾਂ ਨੂੰ ਵੀਜ਼ੇ ਦੇਣੇ ਆ ਉਹਨਾਂ ਸਾਰੇ ਸਿਸਟਮ ਦੇ ਵਿੱਚ ਉਹਨਾਂ ਨੇ ਉਹਨਾਂ ਤਿੰਨੇ ਮੁਖੀਆਂ ਨੂੰ ਇਹ ਕਿਹਾ ਵੀ ਮੈਨੂੰ 120 ਦਿਨ ਦੇ ਵਿੱਚ ਵਿੱਚ ਤੁਸੀਂ ਰਿਪੋਰਟ ਦਿਓ ਵੀ ਕੀ ਕਰ ਰਹੇ ਹੋ ਹੁਣ ਜਿਵੇਂ ਆਪਾਂ ਹੁਣੇ ਹੀ ਦੱਸਿਆ ਕਿ ਜਿਹੜਾ ਸਟੇਟ ਡਿਪਾਰਟਮੈਂਟ ਆ ਉਹਦੇ ਵੱਲੋਂ ਸੈਕਟਰੀ ਆਫ ਸਟੇਟ ਨੇ ਆਲਰੇਡੀ ਇਹ ਤੇ ਇਹਨੂੰ ਇੰਪਲੀਮੈਂਟ ਕਰਕੇ ਤੇ ਜਿਹੜੀਆਂ ਸੈਲਮ ਕੋਆਪਰੇਟਿਵ ਅਗਰੀਮੈਂਟ ਸੀਗੀਆਂ ਤਿੰਨ ਮੁਲਕਾਂ ਨਾਲ ਉਹ ਕੈਨਸਲ ਕਰਤੀਆਂ ਜਿਹਦੇ ਤਹਿਤ ਕਿ ਇਹ ਸੀ ਵੀ ਪਹਿਲਾਂ ਤੁਸੀਂ ਉਹਨਾਂ ਮੁਲਕਾਂ ਜਾ ਕੇ ਸੈਲਮ ਅਪਲਾਈ ਕਰੋ ਫੇਰ ਆਓ ਉਹ ਉਹ ਰੂਲ ਖਤਮ ਕਰ ਦਿੱਤਾ ਗਿਆ ਉਹਦੇ ਨਾਲ ਨਾਲ ਜਿਹੜੇ ਹੁਣ ਇੱਕ ਹੋਰ ਖਬਰ ਰੀਸੈਂਟ ਆਈ ਆ ਉਹ ਇਹ ਹੈਗੀ ਆ ਵੀ ਜਿਹੜਾ ਹੋਮਲੈਂਡ ਸਕਿਉਰਿਟੀ ਡਿਪਾਰਟਮੈਂਟ ਨੇ ਵੀ ਸ਼ੁਰੂ ਕਰਤੀ ਇਹਦੀ ਇੰਪਲੀਮੈਂਟੇਸ਼ਨ ਤੇ ਉਹਨਾਂ ਨੇ ਜਿਹੜੀ ਆਈਸ ਆ ਉਹਨੂੰ ਇਹ ਕਿਹਾ ਵੀ ਹਰ ਬੰਦੇ ਨੂੰ ਇਥੋਂ ਰਿਪੋਰਟ ਨਹੀਂ ਕੀਤਾ ਜਾ ਸਕਦਾ ਸਿਰਫ ਉਹਨਾਂ ਬੰਦਿਆਂ ਨੂੰ ਰਿਪੋਰਟ ਕਰੋ ਜਿਹੜੇ ਬੰਦੇ ਅਮਰੀਕਾ ਦੀ ਜਿਹੜੀ ਨੈਸ਼ਨਲ ਸਕਿਉਰਿਟੀ ਆ ਉਹਨੂੰ ਥ੍ਰੈਟ ਨੇ ਜਾਂ ਜਿਹੜੇ ਬੰਦਿਆਂ ਨੇ ਸੀਰੀਅਸ ਕ੍ਰਾਈਮ ਕੀਤੇ ਨੇ ਜਾਂ ਜਿਹੜੇ ਬੰਦੇ ਚਾਈਲਡ ਅਬਿਊਜ਼ਰ ਨੇ ਤੇ ਜਾਂ ਜਿਹੜੇ ਗੈਂਗ ਵਾਲੇ ਸਬੰਗਾਰਾ ਚ ਨੇ ਇਸ ਤੋਂ ਇਲਾਵਾ ਜਿਵੇਂ ਕਿਸੇ ਨੂੰ ਛੋਟਾ ਮੋਟਾ ਕਿਸੇ ਨੂੰ ਡਰੰਕ ਡਰਾਈਵਿੰਗ ਦੀ ਜਿਹੜੀ ਟਿਕਟ ਮਿਲੀ ਆ ਜਾਂ ਉਹੋ ਜਿਹੇ ਕ੍ਰਾਈਮ ਚਾਹ ਜਾਂ ਮਤਲਬ ਕੋਈ ਜਿਹੜੇ ਬਿਲਕੁਲ ਹੀ ਛੋਟੇ ਮਾਈਨਰ ਆਫੈਂਸ ਨੇ ਉਹਨਾਂ ਦੇ ਵਿੱਚ ਕੋਈ ਬੰਦਾ ਜਿਹੜਾ ਮਤਲਬ ਇਨਵੋਲਵ ਹੋਇਆ ਤੇ ਉਹਨਾਂ ਨੂੰ ਤੁਸੀਂ ਇਹਦੇ ਚ ਰਿਪੋਰਟ ਨਾ ਕਰੋ ਤੇ ਡਿਪੋਰਟੇਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਲਿਮਿਟ ਕਰਦੀ ਆ 트ੰਪ ਦੇ ਵੇਲੇ ਸੀ ਵੀ ਜਿਹੜਾ ਵੀ ਹੱਥ ਆਕੇ ਰਿਪੋਰਟ ਕਰਦੇਓ ਚਾਹੇ ਉਹ ਤੇ ਕੋਈ ਕਰਾਇਮ ਆ ਇਹ ਗੱਲ ਨੂੰ ਉਹਨਾਂ ਨੇ ਹੁਣ ਚੇਂਜ ਕਰ ਦਿੱਤਾ ਤੇ ਉਹ ਉਹ ਆਲਰੇਡੀ ਇੰਪਲੀਮੈਂਟੇਸ਼ਨ ਇਹਦੀ ਸ਼ੁਰੂ ਹੋ ਗਈ ਆ ਜੋ ਕਿ ਇੱਕ ਬੜਾ ਸਵਾਗਤ ਵਾਲਾ ਕਦਮ ਹੈ ਕਿਉਂਕਿ ਆਫਟਰ ਆਲ ਜਿਹੜਾ ਬੰਦਾ ਵੀ ਇੱਥੇ ਆਉਂਦਾ ਰਹਿੰਦਾ ਉਹਦੇ ਰਾਈਟਸ ਨੇ ਜੇ ਹੁਣ ਅੱਜ ਯੂਐਸ ਸਿਟੀਜ਼ਨ ਦੇ ਰਾਈਟ ਨੇ ਤਾਂ ਉਹਦਾ ਮਤਲਬ ਇਹ ਨਹੀਂ ਆ ਵੀ ਜਿਹੜਾ ਸਿਟੀਜ਼ਨ ਨਹੀਂ ਹੈਗਾ ਉਹਦਾ ਕੋਈ ਵੀ ਰਾਈਟ ਨਹੀਂ ਹੈਗਾ ਉਹਨੂੰ ਜਿਵੇਂ ਮਰਜ਼ੀ ਤੁਸੀਂ ਭੇਜ ਦਿਓ ਜੋ ਮਰਜ਼ੀ ਤੇ ਇਹਨੂੰ ਜਿਹੜਾ ਹੈਗਾ ਉਹ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਹਿਊਮਨ ਵੇ ਨਾਲ ਹੋਣਾ ਚਾਹੀਦਾ ਠੀਕ ਆ ਜਿਹੜੇ ਬੰਦੇ ਆ ਕਿ ਵਾਕਈ ਵੱਡੇ ਕ੍ਰਾਈਮਨਲ ਨੇ ਜਾਂ ਥ੍ਰੈਟਨਸ ਸਿਸਟਮ ਨੂੰ ਜਾਂ ਜਿਹੜੇ ਬੰਦਿਆਂ ਨੇ ਕੋਈ ਕ੍ਰਾਈਮਸ ਕੀਤੇ ਨੇ ਜਾਂ ਸੋਸਾਇਟੀ ਨੂੰ ਵੀ ਥ੍ਰੈਟਨ ਹੈ ਵੀ ਉਹ ਬੰਦੇ ਬਾਹਰ ਆ ਕੇ ਕੋਈ ਨੁਕਸਾਨ ਕਰ ਸਕਦੇ ਨੇ ਉਹਨਾਂ ਨੂੰ ਠੀਕ ਆ ਰਿਪੋਰਟ ਕਰੋ ਪਰ ਹਰੇਕ ਬੰਦੇ ਨੂੰ ਰਿਪੋਰਟ ਕਰ ਦੇਣਾ ਤੇ ਉਹ ਉਹ ਗੱਲ ਜਿਹੜੀ ਹੈਗੀ ਆ ਉਹ ਠੀਕ ਨਹੀਂ ਤੇ ਜਿਹਨੂੰ ਹੁਣ ਇਹ ਇੰਪਲੀਮੈਂਟ ਜਿਹੜਾ ਹੈਗਾ ਉਹ ਕਰਨਾ ਸ਼ੁਰੂ ਕਰਤਾ ਸਰਕਾਰ ਨੇ ਤੇ ਬੜਾ ਇਹ ਵੀ ਬੜਾ ਜਿਹੜਾ ਹੈਗਾ ਉਹ ਸਵਾਗਤਯੋਗ ਯੋਗ ਕਦਮ ਹੈ ਇਦੇ ਨਾਲ ਨਾਲ ਇੱਕ ਹੋਰ ਇੰਪੋਰਟੈਂਟ ਜਿਹੜੀ ਡਿਵੈਲਪਮੈਂਟ ਆ ਹੋਈ ਆ ਕਿ ਯੂਐਸ ਸੁਪਰੀਮ ਕੋਰਟ ਦੇ ਵਿੱਚ ਦੋ ਕੇਸ ਲੱਗੇ ਸੀ ਇਸ ਸਾਲ ਦੇ ਵਿੱਚ ਜਿਨ੍ਹਾਂ ਦਾ ਇਮੀਗ੍ਰੇਸ਼ਨ ਨਾਲ ਸੰਬੰਧ ਸੀ ਇੱਕ ਤਾਂ ਬਾਰਡਰ ਵਾਲ ਦਾ ਕਿ ਜਿਹੜੀ ਅਕੰਧ ਬਣਾ ਰਿਹਾ ਸੀ ਟਰੰਪ ਉਹਦਾ ਮਤਲਬ ਪਹਿਲਾ ਡਿਸਟ੍ਰਿਕਟ ਕੋਰਟ ਨੇ ਰੋਕੀ ਫਿਰ ਉਹ ਨਾਇਨ ਸਰਕਟ ਚ ਗਈ ਉਹਨੇ ਅਲਾਉ ਕਰਤੀ ਤੇ ਹੁਣ ਸੁਪਰੀਮ ਕੋਰਟ ਚ ਕੇਸ ਗਿਆ ਸੀ ਬਣਨੀ ਚਾਹੀਦੀ ਆ ਕਿ ਨਹੀਂ ਬਣਨੀ ਚਾਹੀਦੀ ਤੇ ਉਹ ਜਿਹੜਾ ਕੇਸ ਆ ਉਹ ਹੁਣ ਜਿਹੜੀ ਟ੍ਰੰਪ ਐਡਮਿਨਿਸਟ੍ਰੇਸ਼ਨ ਸੀ ਉਹ ਉਹਨੂੰ ਪਰਸਿਊ ਕਰ ਰਹੀ ਸੀ ਬਾਰਨ ਐਡਮਿਨਿਸਟ੍ਰੇਸ਼ਨ ਨੇ ਲਿਖ ਦਿੱਤਾ ਵੀ ਕਿਸੇ ਹੋਰਨ ਆਰਗੂਮੈਂਟ ਦੀ ਕੇਸ ਨੂੰ ਅੱਗੇ ਤੋਰਨ ਦੀ ਲੋੜ ਨਹੀਂ ਕਿਉਂਕਿ ਇਹਦਾ ਜਿਹੜਾ ਹੈਗਾ ਉਹ ਕੋਈ ਮਤਲਬ ਅਸੀਂ ਇਹਨੂੰ ਜਿਹੜਾ ਖਤਮ ਕਰ ਰਹੇ ਹਾਂ ਉਹਨਾਂ ਨੇ ਆਰਡਰ ਕਰਤਾ ਵੀ ਅਸੀਂ ਜਿਹੜੀ ਵਾਲ ਨਹੀਂ ਬਣਾਉਣੀ ਸੋ ਇਸ ਕਰਕੇ ਸਰਕਾਰ ਹੀ ਲੜ ਰਹੀ ਸੀ ਕਿ ਵਾਲ ਬਣਨੀ ਚਾਹੀਦੀ ਹੈ ਹੁਣ ਸਰਕਾਰ ਨੇ ਕਹਿਤਾ ਵੀ ਅਸੀਂ ਇਹ ਵਾਲ ਨਹੀਂ ਬਣਾਉਣੀ ਸੋ ਸੁਪਰੀਮ ਕੋਰਟ ਦੇ ਕੋਲ ਉਹਨਾਂ ਨੇ ਇਹ ਗੱਲ ਲਿਖ ਕੇ ਦਿੱਤੀ ਦੂਸਰਾ ਸੀਗਾ ਜਿਹੜਾ ਅ ਥਰਡ ਕੰਟਰੀਆਂ ਦੇ ਨਾਲ ਐਗਰੀਮੈਂਟ ਦਾ ਸੀਗਾ ਤੇ ਉਹਦੇ ਵਿੱਚ ਇਹ ਸੀਗਾ ਜਿਹੜਾ ਐਮਪੀਪੀਪੀ ਪ੍ਰੋਗਰਾਮ ਆ ਉਹਦੇ ਅੰਦਰ ਵੀ ਜਿਹੜਾ ਬੰਦਾ ਇੱਥੇ ਆਉਂਦਾ 12 ਉਹ ਬੰਦਾ ਪਹਿਲਾਂ ਜਿਹੜੀ ਕੰਟਰੀ ਨੂੰ ਆਇਆ ਉੱਥੇ ਸੈਲਮ ਅਪਲਾਈ ਕਰੇ ਜਿਵੇਂ ਆਪਾਂ ਗੱਲ ਕਰਦੇ ਹਟੇ ਆ ਕਿ ਉਹਨਾਂ ਵਿੱਚ ਜਿਹੜੀ ਹੈਗੀ ਆ ਉਹ ਮੈਕਸੀਕੋ ਵੀ ਹੈਗਾ ਗੁਆਟੇਮਾਲਾ ਵੀ ਹੈਗਾ ਐਲਸੈਲਵਾਡੋਰ ਆ ਤੇ ਉਹ ਕੀ ਪਾਲਿਸੀ ਜਾਇਜ਼ ਆ ਉਹ ਵੀ ਸੁਪਰੀਮ ਕੋਰਟ ਦੇ ਵਿੱਚ ਕੇਸ ਲੱਗਿਆ ਸੀ ਜਿਹੜੇ ਖਾਸ ਕਰਕੇ ਐਸਐਲਯੂ ਵਾਲੇ ਨੂੰ ਫਾਈਟ ਕਰ ਰਹੇ ਸੀ ਵੀ ਇਹ ਗਲਤ ਹੈ ਕਿ ਜਿਹੜੇ ਇਮੀਗ੍ਰੇਸ਼ਨ ਦੇ ਲਾਅ ਨੇ ਅਮਰੀਕਾ ਦੇ ਉਹਨਾਂ ਵਿੱਚ ਇਹ ਜੀ ਕੋਈ ਗੱਲ ਨਹੀਂ ਹੈਗੀ ਸੈਲਮ ਦੇ ਲਾਅ ਦੇ ਵਿੱਚ ਵੀ ਬੰਦਾ ਪਹਿਲਾਂ ਜਿੱਥੋਂ ਆਇਆ ਉੱਥੇ ਅਪਲਾਈ ਕਰਕੇ ਆਵੇ ਜਾਂ ਉੱਥੇ ਰਹੇ ਤੇ ਉਹ ਸੁਪਰੀਮ ਕੋਰਟ ਨੇ ਦੇਖਣਾ ਸੀ ਠੀਕ ਹੈ ਇਹ ਗਲਤ ਹੈ ਉਹਨੂੰ ਵੀ ਕਿਉਂਕਿ ਉਹ ਪਾਲਿਸੀ ਜਿਹੜੀ ਆ ਉਹ ਖਤਮ ਕਰ ਦਿੱਤੀ ਗਈ ਆ ਬਾਡਨ ਸਰਕਾਰ ਦੁਆਰਾ ਇਹਨਾਂ ਨੇ ਲਿਖ ਕੇ ਦਿੱਤਾ ਵੀ ਇਹ ਕੇਸ ਨੂੰ ਵੀ ਅੱਗੇ ਤੋਰਨ ਦੀ ਲੋੜ ਨਹੀਂ ਤੇ ਇਹ ਇਹਦੀਆਂ ਔਰਲ ਆਰਗੂਮੈਂਟ ਕੈਨਸਲ ਕੀਤੀਆਂ ਜਾਣ ਤੇ ਸੁਪਰੀਮ ਕੋਰਟ ਨੇ ਇਸ ਵੀਕ ਇਹ ਦੋਨਾਂ ਕੇਸਾਂ ਦੀਆਂ ਜਿਹੜੀਆਂ ਆਰਗੂਮੈਂਟਸ ਨੇ ਉਹ ਕੈਨਸਲ ਕਰਤੀ ਸੋ ਇਹ ਵੀ ਇੱਕ ਵੱਡੀ ਜਿਹੜੀ ਹੈਗੀ ਆ ਪ੍ਰਾਪਤੀ ਆ ਕਿਉਂਕਿ ਜੇ ਸੁਪਰੀਮ ਕੋਰਟ ਇਹਨਾਂ ਦੇ ਹੱਕ 'ਚ ਫੈਸਲਾ ਦੇਣ ਦੀ ਵੀ ਇਹ ਠੀਕ ਨੇ ਤਾਂ ਇੱਕ ਹੋਰ ਕੰਪਲਿਕੀਸ਼ਨ ਹੋ ਜਾਣੀ ਸੀਗੀ ਸੋ ਇਹ ਵੀ ਇੱਕ ਵੱਡੀ ਖਬਰ ਇਸ ਹਫਤੇ ਦੀ ਆ ਸੋ ਇਹ ਤਾਂ 200 ਸਨ ਜਿਹੜੀਆਂ ਕਿ ਇੰਪੋਰਟੈਂਟ ਡਿਵੈਲਪਮੈਂਟਸ ਹੋਈਆਂ ਜਿਹੜਾ ਕਿ ਅੱਗੇ ਤੋਂ ਵੀ ਤੁਹਾਨੂੰ ਦੱਸਦੇ ਰਵਾਂਗੇ ਸਮੇਂ-ਸਮੇਂ ਸਰ ਤੇ ਇਹਦੇ ਨਾਲ-ਨਾਲ ਹੁਣ ਤੁਹਾਡੇ ਕੋਈ ਸਵਾਲ ਆਏ ਨੇ ਤੇ ਉਹਨਾਂ ਦੇ ਮੈਂ ਜਵਾਬ ਜਿਹੜੇ ਹੈਗੇ ਆ ਉਹ ਦੇਣੇ ਚਾਹਾਂਗਾ ਪਰ ਇਹਦੇ ਨਾਲ-ਨਾਲ ਤੁਹਾਨੂੰ ਬੇਨਤੀ ਆ ਵੀ ਜੇ ਕਿਸੇ ਦਾ ਕੋਈ ਵੀ ਇਮੀਗ੍ਰੇਸ਼ਨ ਰਿਲੇਟਡ ਕੁਐਸਚਨ ਆ ਉਹ ਮੈਨੂੰ ਤੁਸੀਂ ਇਸ ਵੀਡੀਓ ਥੱਲੇ ਜਿਹੜੇ ਹੈਗੇ ਆ ਉਹ ਉਹ ਕਰੋ ਜਾਂ ਮੈਨੂੰ ਈਮੇਲ ਕਰ ਦਿਓ ਜੇਪੀ ਸਿੰਘ ਅਟਾਰਨੀ @gmail.com ਤੇ ਤੇ ਜਾਂ ਮੇਰਾ ਫੋਨ ਨੰਬਰ ਆ 9179154142 ਉੱਤੇ ਕਰੋ ਜਾਂ ਈਮੇਲ ਕਰੋ ਤੇ ਮੈਂ ਤੁਹਾਨੂੰ ਜਵਾਬ ਜਰੂਰ ਦਊਂਗਾ ਇਸ ਪ੍ਰੋਗਰਾਮ ਦੇ ਰਾਹੀਂ ਹੁਣ ਜਿਹੜੇ ਇੰਪੋਰਟੈਂਟ ਸਵਾਲ ਨੇ ਕੁਝ ਹੋਵੇ ਮੈਂ ਲੈ ਲਾਂ ਇੱਕ ਤਾਂ ਇਹ ਆ ਕਿ ਕਈ ਬੰਦਿਆਂ ਨੇ ਪੁੱਛਿਆ ਵੀ ਜਿਹੜਾ ਸਿਟੀਜ਼ਨਸ਼ਿਪ ਦਾ ਅਸੀਂ ਅਪਲਾਈ ਕੀਤਾ ਸਾਨੂੰ ਸਾਲ-ਸਾਲ ਹੋ ਗਏ ਤਾਂ ਕੁਝ ਨਹੀਂ ਆਇਆ ਉਹਦੇ ਬਾਰੇ ਆ ਕਿ ਕੋਵਿਡ ਕਰਕੇ ਜਿਹੜੀ ਇੰਟਰਵਿਊ ਹੈ ਹੈਗੀ ਆ ਬੜੀਆਂ ਘੱਟ ਕਰ ਰਹੀ ਹੈ ਯੂਐਸਸੀਐਸ ਇੰਟਰਵਿਊਆਂ ਹੋ ਰਹੀਆਂ ਨੇ ਪਰ ਬੜੀਆਂ ਘੱਟ ਨੇ ਤੇ ਉਹਦਾ ਰੀਜ਼ਨ ਹੈਗਾ ਕਿ ਸੋਸ਼ਲ ਡਿਸਟੈਂਸਿੰਗ ਕਰਨੀ ਪੈਂਦੀ ਆ ਤੇ ਕੁਝ ਜਿਹੜੀ 트럼ਪ ਐਡਮਿਨਿਸਟ੍ਰੇਸ਼ਨ ਦੀ ਵੀ ਨੀਤੀ ਸੀ ਵੀ ਘੱਟ ਹੋਵੇ ਉਹਦੇ ਕਰਕੇ ਹੁਣ ਸਾਲ ਤੋਂ ਉੱਤੇ ਟਾਈਮ ਲੱਗ ਰਿਹਾ ਇੰਟਰਵਿਊ ਦਾ ਸੋ ਜਿਨ੍ਹਾਂ ਨੇ 2019 ਨਵੰਬਰ ਡਿਸੰਬਰ ਚ ਅਪਲਾਈ ਕੀਤਾ ਸੀ ਉਹਨਾਂ ਦੀ ਇੰਟਰਵਿਊਆਂ ਹੁਣ ਆ ਰਹੀਆਂ ਨੇ ਸੋ ਲੇਕਿਨ ਇਹ ਪ੍ਰੋਸੈਸ ਨੂੰ ਸਿੰਪਲੀਫਾਈ ਕਰਨ ਵਾਸਤੇ ਹੀ ਐਗਜ਼ੀਕਟਿਵ ਆਰਡਰ ਇਸ ਵੀਕ ਕੀਤਾ ਪ੍ਰੈਜ਼ੀਡੈਂਟ 트੍ਰੰਪ ਨੇ ਵੀ ਕਿਦਾਂ ਇਹਨੂੰ ਤੇਜ਼ ਕੀਤਾ ਜਾਵੇ ਤੇ ਈਜ਼ੀ ਕੀਤਾ ਜਾਵੇ ਅਗਲੇ 3-4 ਮਹੀਨਿਆਂ ਦੇ ਵਿੱਚ ਇੱਕ ਨਵੀਂ ਪਾਲਿਸੀ ਸਰਕਾਰ ਦੇਏਗੀ ਹੋ ਸਕਦਾ ਪਹਿਲਾਂ ਵੀ ਦੇ ਦੇਵੇ ਤੇ ਉਹ ਪ੍ਰੋਸੈਸ ਤੇਜ਼ ਹੋਏਗਾ ਪਰ ਐਜ਼ ਆਫ ਨਾਓ ਇਹਨੂੰ 1 ਸਾਲ ਲੱਗ ਰਿਹਾ ਤੇ ਇੱਕ ਸਵਾਲ ਜਿਹੜਾ ਉਹ ਹੋ ਰਹੀ ਸੀ ਵੀ ਜਿਹੜੀਆਂ ਆਹ ਕੈਟੇਗਰੀਆਂ ਦੇ ਉੱਤੇ ਬੈਨ ਲਾਇਆ ਸੀਗਾ ਪ੍ਰੈਜ਼ੀਡੈਂਟ 트੍ਰੰਪ ਨੇ ਜਿਨ੍ਹਾਂ ਵਿੱਚ ਕਿਹਾ 4 ਕੈਟੇਗਰੀ ਭਰਾ ਭੈਣ ਦੀ ਕੈਟੇਗਰੀ ਆ ਜਿਹੜਾ ਯੂਐਸ ਸਿਟੀਜ਼ਨ ਦੀ ਜਾਂ ਮਾਪੇ ਦੀ ਕੈਟੇਗਰੀ ਆ ਉਹਨਾਂ ਦਾ ਕੀ ਬਣਿਆ ਦੇਖੋ ਜਿਵੇਂ ਆਪਾਂ ਪਹਿਲਾਂ ਦੱਸਿਆ ਕੇ 트럼ਪ ਨੇ ਇਹਨਾਂ ਦੇ ਪਹਿਲਾਂ April ਤੋਂ June ਤੱਕ ਬੈਨ ਲਾਇਆ ਫੇਰ ਬੈਨ ਲਾਇਆ June ਤੋਂ December ਤੱਕ ਫੇਰ ਉਹ ਜਾਂਦਾ ਜਾਂਦਾ ਵਧਾ ਗਿਆ March 31 ਤੱਕ ਜਿਹੜਾ Biden ਅ ਮਤਲਬ ਹੈਗੀ ਐਡਮਿਨਿਸਟ੍ਰੇਸ਼ਨ ਉਹਨੇ ਇਹਦੇ ਬਾਰੇ ਜੇ ਕੋਈ ਡਿਸੀਜਨ ਨਹੀਂ ਲਿਆ ਸੋ ਪ੍ਰੈਜ਼ੀਡੈਂਟ Biden ਨੇ ਅਜੇ ਇਹਦੇ ਬਾਰੇ ਐਗਜ਼ੀਕਟਿਵ ਆਰਡਰ ਨਹੀਂ ਕੀਤਾ ਕਿ ਉਸ ਬੈਨ ਨੂੰ ਖਤਮ ਕਰਨ ਦਾ ਸੋ ਐਜ਼ ਆਫ ਨਾਓ ਉਹ ਬੈਨ ਜਿਹੜਾ ਸਟੈਂਡ ਕਰ ਰਿਹਾ ਉਹ 31 March ਤੱਕ ਆ ਤੇ ਇਹ ਲੱਗਦਾ ਨਹੀਂ ਕਿ ਬਾਈਡਨ ਉਹਨੂੰ ਐਕਸਟੈਂਡ ਕਰਨਗੇ ਸੋ ਉਹ ਐਕਸਟੈਂਡ ਨਹੀਂ ਹੋਏਗਾ ਤੇ 31 ਮਾਰਚ ਤੋਂ ਬਾਅਦ ਜਦੋਂ ਖਤਮ ਹੋ ਜਾਂਦਾ 1 April ਤੋਂ ਇਹ ਕੈਟਗਰੀਆਂ ਸ਼ੁਰੂ ਹੋ ਜਾਣਗੀਆਂ ਪਰ ਜੇ ਬਾਈਡਨ ਨੇ ਉਹ ਪਹਿਲਾਂ ਖਤਮ ਕਰਤਾ ਉਹਨਾਂ ਦੇ ਪ੍ਰੈਸ਼ਰ ਹੈਗਾ ਮਤਲਬ ਕਈ ਗਰੁੱਪਸ ਦਾ ਵੀ ਇਹਨੂੰ ਤੁਸੀਂ ਇਸ ਐਗਜ਼ੀਕਟਿਵ ਆਰਡਰ ਨੂੰ ਵੀ ਖਤਮ ਕਰੋ ਤਾਂ ਫੇਰ ਹੋ ਸਕਦਾ ਉਹ ਜਿਹੜਾ ਪਹਿਲਾਂ ਸ਼ੁਰੂ ਹੋ ਜਵੇ ਤੇ ਨਹੀਂ 1 April ਤੋਂ ਸ਼ੁਰੂ ਇਹ ਕੈਟਗਰੀਆਂ ਦੁਬਾਰਾ ਹੋਣਗੀਆਂ ਹੁਣ ਜਿਹੜੀ F4 ਦੀ ਕੈਟਗਰੀ ਸੀ ਜਿੱਥੇ ਚੱਲ ਰਹੀ ਸੀ 2005 ਚੱਲਦਾ ਸੀ ਉੱਥੇ ਉੱਥੋਂ ਹੀ ਸ਼ੁਰੂ ਹੋਏਗੀ ਤੇ ਹੁਣ ਦੇਖਿਆ ਜਾਏਗਾ ਵੀ ਕਿੰਨੀ ਕੁ ਫਾਸਟ ਹੁੰਦੀ ਆ ਤੇ ਉਹਨਾਂ ਵਿੱਚੋਂ ਹੁਣ ਕਈਆਂ ਦੇ ਜਿਹੜੇ ਬੱਚੇ ਨੇ ਉਹ 21 ਸਾਲ ਤੋਂ ਉੱਪਰ ਹੋ ਗਏ ਤੇ ਉਹ ਕੀ ਕਰਨ ਉਹਨਾਂ ਬਾਰੇ ਆ ਵੀ ਇੱਕ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਉਹਨਾਂ ਦਾ ਅਪਲਾਈ ਕੀਤਾ ਜਾਦਾ ਜਿਹੜਾ 21 ਤੋਂ ਉੱਪਰ ਹੋ ਗਿਆ ਜੇ ਉਹਦੀ ਉਹ ਕੈਲਕੂਲੇਸ਼ਨ ਦੇ ਵਿੱਚ ਆਉਂਦੇ ਆ ਉਹਦੀ ਇੱਕ ਖਾਸ ਕੈਲਕੂਲੇਸ਼ਨ ਹੁੰਦੀ ਆ ਜੇ ਉਸ ਕੈਲਕੂਲੇਸ਼ਨ ਦੇ ਤਹਿਤ ਆਉਂਦੇ ਆ ਤਾਂ ਉਹਨਾਂ ਨੂੰ 21 ਤੋਂ ਉੱਪਰ ਹੋਿਆਂ ਨੂੰ ਵੀ ਜਨ ਮੈਰਿਡ ਨੇ ਤਾਂ ਆਉਣ ਦਾ ਮੌਕਾ ਇੱਥੇ ਮਿਲ ਸਕਦਾ ਤੇ ਉਹ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਪਰਸੂ ਕਰਨਾ ਪਏਗਾ ਤੇ ਇੱਕ ਸਵਾਲ ਦੋਸਤੋ ਹੋਰ ਸੀ ਉਹ ਸੀਗਾ ਸੈਲਮ ਦੇ ਵਰਕ ਪਰਮਿਟ ਬਾਰੇ ਕਿ ਇਹ ਜਿਹੜੇ ਵਰਕ ਪਰਮਿਟ ਨੇ ਇਹਦੀ ਹੁਣ ਕੀ ਪਾਲਿਸੀ ਆ ਦੇਖੋ ਅਜੇ ਤੱਕ ਤਾਂ ਜਿਹੜੀ ਪਾਲਿਸੀ ਆ ਉਹ ਉਹੀ ਚੱਲ ਰਹੀ ਆ ਜਿਹੜੀ ਕਿ ਪ੍ਰੈਜ਼ੀਡੈਂਟ 트ੰਪ ਨੇ ਕੀਤੀ ਸੀ ਉਹ ਹੁਣ ਚੇਂਜ ਨਹੀਂ ਹੋਈ ਪਰ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਹੋਮਲੈਂਡ ਸਕਿਉਰਿਟੀ ਦੇ ਸੈਕਟਰੀ ਕਨਫਰਮ ਅਜੇ ਹੋਣੇ ਹੀ ਹੋਏ ਨੇ ਇਸ ਲਾਸਟ ਵੀਕ ਹੀ ਉਹ ਇਹਨੂੰ ਮਤਲਬ ਚੇਂਜ ਕਰਨਗੇ ਤੇ ਉਹ ਪਾਲਿਸੀ ਬੇਸਿਕਲੀ ਇਹਨਾਂ ਨੇ ਅਗਸਤ ਦੇ ਵਿੱਚ ਰੂਲ ਚੇਂਜ ਕੀਤੇ ਸੀ ਕੀਤਾ ਸੀ ਵੀ ਜਿਹੜਾ ਬੰਦੇ ਨੂੰ ਸੈਲਮ ਅਪਲਾਈ ਕੀਤੇ ਨੂੰ 6 ਮਹੀਨੇ ਹੋ ਗਏ ਉਹਨੂੰ 1 ਸਾਲ ਦੀ ਵੇਟ ਕਰਨੀ ਪੈਗੀ 6 ਮਹੀਨੇ ਦੀ ਬਜਾਏ ਅੱਗੇ ਹੁੰਦਾ ਸੀ ਵੀ 6 ਮਹੀਨੇ ਬਾਅਦ ਕਰ ਸਕਦਾ ਉਹਦੇ ਅਗੇਂਸਟ ਅ ਸੀਐਸਏ ਤੇ ਏਐਸਪੀ ਜਿਹੜੀਆਂ ਹੈਗੀਆਂ ਇੱਥੇ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨਸ ਇਹਨਾਂ ਨੇ ਕੇਸ ਕੀਤਾ ਅ ਟਰੰਪ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਤੇ ਕੋਰਟ ਨੇ ਸਟੇ ਕਰਤਾ ਪਰ ਸਟੇ ਸਿਰਫ ਉਹਨਾਂ ਮੈਂਬਰਾਂ ਲਈ ਕੀਤਾ ਜਿਹੜੇ ਕਿ ਉਹਨਾਂ ਦੇ ਮੈਂਬਰ ਨੇ ਸੋ ਜਿਹੜਾ ਬੰਦਾ ਏਐਸਪੀ ਦਾ ਮੈਂਬਰ ਬਣਦਾ ਉਹ ਮੈਂਬਰਸ਼ਿਪ ਲੈ ਕੇ ਉਹ 6 ਮਹੀਨੇ ਬਾਅਦ ਹੀ ਵਰਕ ਪਰਮਿਟ ਕਰ ਸਕਦਾ ਉਹਨੂੰ ਸਾਲ ਦੀ ਵੇਟ ਕਰਨ ਦੀ ਲੋੜ ਨਹੀਂ ਜਿਹੜਾ ਉਹਦਾ ਮੈਂਬਰ ਨਹੀਂ ਬਣਦਾ ਉਹਨੂੰ ਇੱਕ ਸਾਲ ਵੇਟ ਕਰਨੀ ਪਏਗੀ ਸੋ ਇਹ ਅਜੇ ਤੱਕ ਇਹੀ ਆ ਬਾਕੀ ਜਿਹੜੀ ਡਿਲੇ ਹੈਗੀ ਆ ਵਰਕ ਪਰਮਿਟ ਰਨੂਅਲ ਦੀ ਜਿਵੇਂ ਕਿਸੇ ਨੂੰ ਆਇਆ ਵਰ ਪਰਮਿਟ 2 ਸਾਲ ਦਾ ਉਹਨੇ ਰੀਨਿਊ ਕਰਾਣਾ ਉਹ ਅਜੇ ਵੀ 6 ਤੋਂ 8 ਮਹੀਨੇ ਦੀ ਡਿਲੇ ਹੈਗੀ ਹੈ 6-6 ਮਹੀਨੇ ਚੱਲ ਰਹੀ ਹੈ ਉਹਦੇ ਵਿੱਚ ਅਜੇ ਕੋਈ ਫਾਸਟ ਕਰਨ ਦੀ ਇੰਪਲੀਮੈਂਟੇਸ਼ਨ ਨਹੀਂ ਕੀਤੀ ਗਈ ਪਰ ਆਉਂਦੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਹੋਮਲੈਂਡ ਸਕਿਉਰਿਟੀ ਦੇ ਨਵੇਂ ਸੈਕਟਰੀ ਬਣੇ ਨੇ ਇਹ ਇਹਨੂੰ ਐਡਰੈਸ ਕਰਨਗੇ ਤੇ ਇਹਨੂੰ ਫਾਸਟ ਕਰਨਗੇ ਪਰ ਅਜੇ ਤੱਕ ਇਹ ਸਿਸਟਮ ਉਦਾਂ ਹੀ ਚੱਲ ਰਿਹਾ ਤੇ ਉਹ ਚ ਡਿਲੇ ਹੈਗੀ ਆ ਸਟਿਲ ਕੁਝ ਜਿਹੜੇ ਸਵਾਲ ਆਏ ਸਜਣਾ ਦੇ ਉਹ ਸੈਲਮ ਦੀਆਂ ਡੇਟਾ ਬਾਰੇ ਆਏ ਆ ਇੱਕ ਨੇ ਕਿਹਾ ਕਿ ਜੀ ਸਾਡਾ ਸੈਲਮ ਦੀ ਜਿਹੜੀ ਮਾਸਟ ਹਿਅਰਿੰਗ ਰੇਟ ਸੀਗੀ ਉਹ ਪਹਿਲਾਂ ਪਿਛਲੇ ਸਾਲ ਸੀ ਜੂਨ ਦੇ ਵਿੱਚ ਫਿਰ ਉਹ ਜਨਵਰੀ ਚ ਹੋ ਗਈ ਹੁਣ ਗਾਹ ਹੋ ਗਈ ਇਹਦਾ ਕੀ ਆ ਦੇਖੋ ਜਿਹੜੀਆਂ ਇਮੀਗ੍ਰੇਸ਼ਨ ਕੋਰਸ ਖੁੱਲੀਆਂ ਨੇ ਨਿਊਯਾਰਕ ਤੋਂ ਬਿਨਾ ਉਹਦੀ ਕੋਰਟ ਅਜੇ ਤੱਕ ਵੀ ਬੰਦ ਆ ਪਰ ਬਾਕੀ ਸਾਰੀਆਂ ਖੁੱਲੀਆਂ ਉਹਦੇ ਵਿੱਚ ਜਿਹੜੀਆਂ ਫਾਈਨਲ ਡਾਟਾ ਨੇ ਇੰਡੀਵਿਜੂਅਲ ਉਹ ਕਰ ਰਹੇ ਨੇ ਉਹ ਵੀ ਕੁਝ ਜੇ ਹੁਣ ਫਰਜ਼ ਕਰੋ 10 ਕੇਸ ਲੱਗੇ ਨੇ ਉਹ ਚੋਂ ਤਿੰਨ ਹੀ ਸੁਣਦੇ ਨੇ ਬਾਕੀ ਉਹ ਅੱਗੇ ਕਰੀ ਜਾ ਰਹੇ ਡਾਟਾ ਆਪਣੇ ਆਪ ਸੋ ਇਹਦੇ ਤੇ ਕੇਸ ਸੇ ਕੋਈ ਇਫੈਕਟ ਨਹੀਂ ਜਿਹੜਾ ਐਪਲੀਕੈਂਟ ਆ ਜਿਹਨੇ ਸਰਮ ਦਾ ਕੀਤਾ ਉੱਤੇ ਕੋਈ ਇਫੈਕਟ ਨਹੀਂ ਇਹ ਕਿਉਂਕਿ ਜਿਹੜਾ ਕੋਵਿਡ ਦੇ ਰਿਲੇਟਡ ਆ ਕਿ ਇਹਦੇ ਕਰਕੇ ਆ ਕਿਉਂਕਿ ਉਹ ਉਹ ਇਹ ਦੇਖ ਰਹੇ ਨੇ ਵੀ ਸਾਰਿਆਂ ਨੂੰ ਵੈਕਸੀਨੇਸ਼ਨ ਲੱਗ ਜਾਵੇ ਸੋ ਜੇ ਜੂਨ ਜੁਲਾਈ ਤੱਕ ਜਾਂ ਅਗਸਤ ਤੱਕ ਕਹਿ ਲੋ ਵੀ ਆਲਮੋਸਟ ਹਰੇਕ ਬੰਦੇ ਨੂੰ ਇੱਥੇ ਵੈਕਸੀਨੇਸ਼ਨ ਲੱਗ ਜਾਂਦੀ ਆ ਤਾਂ ਉਹਦੇ ਨਾਲ ਫਿਰ ਜ਼ਿਆਦਾ ਜਿਹੜਾ ਹੈਗਾ ਚਾਂਸ ਹੋ ਜੂਗਾ ਵੀ ਕੋਟ ਓਪਨ ਹੋ ਸਕਦੀ ਹੈ ਜ਼ਿਆਦਾ ਬੰਦੇ ਇੱਕ ਥਾਂ ਬੈਠ ਸਕਦੇ ਜਿਵੇਂ ਹੁਣ ਤਾਂ ਉਹ ਕੋਟਾਂ ਦੇ ਵਿੱਚ ਥਾਂ ਵੱਲੋਂ ਘਟ ਹੁੰਦੀ ਆ ਜਿੰਨੀਆਂ ਮੋਸਟਲੀ ਇਮੀਗ੍ਰੇਸ਼ਨ ਕੋਟਾਂ ਨੇ ਉਹ ਸਾਰੀਆਂ ਬੰਦ ਨੇ ਜਿੱਥੇ ਕਿ ਕੋਈ ਬਾਹਰੋਂ ਹਵਾ ਨਹੀਂ ਆਉਂਦੀ ਕੋਈ ਬਾਰੀ ਤੱਕ ਹੀ ਨਹੀਂ ਖੁੱਲਦੀ ਤੋਂ ਉਹਦੇ ਕਰਕੇ ਇੱਕ ਬੰਦੇ ਨੂੰ ਵੀ ਕੋਵਿਡ ਹੋਇਆ ਉਥੇ ਹੋਵੇ ਉਹ ਸਾਰਿਆਂ ਨੂੰ ਕਰ ਸਕਦਾ ਸੋ ਇਸ ਇਸ ਕਰਕੇ ਉੱਥੇ ਕੱਟ ਨਹੀਂ ਕੀਤਾ ਜਾਂਦਾ ਤੇ ਮਾਸਟਰ ਡਾਟਾ ਦੇ ਵਿੱਚ ਇੱਕ ਟਾਈਮ ਤੇ 50 50 60 60 ਬੰਦੇਾਂ ਦੇ ਡਾਟਾ ਹੁੰਦੀਆਂ ਕਿ ਕੋਟ ਚ ਤੇ ਇੰਨੇ ਬੰਦਿਆਂ ਨੂੰ ਉਹ ਨਹੀਂ ਹੁਣ ਅੰਦਰ ਲਿਜਾ ਸਕਦੇ ਉਹਦੇ ਕਰਕੇ ਉਹ ਇਹਨੂੰ ਪੋਸਟਪੋਨ ਕਰ ਰਹੇ ਨੇ ਸੋ ਜਿਹੜੀਆਂ ਹੁਣ ਜਨਵਰੀ ਜੀ ਸੀਗੀਆਂ ਉਹ ਗਾਹ ਹੋ ਗਈਆਂ ਨੇ ਫਰਵਰੀ ਚ ਸਾਨੂੰ ਉਮੀਦ ਆ ਇਹ ਵੀ ਅੱਗੇ ਹੋਣਗੀਆਂ ਤੇ ਇਹ ਜੂਨ ਜੁਲਾਈ ਤੋਂ ਬਾਅਦ ਜਾਣਗੀਆਂ ਇੰਡੀਵਿਜੂਅਲ ਡਾਟਾ ਹੋ ਰਹੀਆਂ ਨੇ ਤੇ ਇਹ ਇਹਦੇ ਨਾਲ ਨਾਲ ਅੱਗੇ ਚੱਲ ਕੇ ਪਰ ਇਹ ਆ ਵੀ ਜਿਨ੍ਹਾਂ ਦੇ ਕੇਸ ਹੋ ਰਹੇ ਨੇ ਉਹਦੀ ਪਾਸਿੰਗ ਪਰਸੈਂਟੇਜ ਬਹੁਤ ਜ਼ਿਆਦਾ ਤਕਰੀਬਨ 90% ਤੋਤੇ ਆ ਸਾਡੇ ਆਪਣੇ ਆਫਿਸ ਦੇ ਆ ਮਹੀਨਾ ਦਾ ਜਨਵਰੀ ਦਾ ਲੰਘਿਆ ਚਾਰ ਫਾਈਨਲ ਡਾਟਾ ਪਈਆਂ ਇੰਡੀਵਿਜੂਅਲ ਤੇ ਚਾਰੇ ਕੇਸ ਪਾਸ ਹੋਏ ਆ ਸੋ ਇਸ ਕਰਕੇ ਉਹਦਾ ਕਾਰਨ ਇੱਕ ਤਾਂ ਇਹ ਹੈਗਾ ਕਿ ਜਿਹੜੇ ਇੰਡੀਆ ਦੇ ਹਾਲਾਤ ਨੇ ਉਹ ਜਿਸ ਤਰ੍ਹਾਂ ਦੇ ਅੱਜ ਕੱਲ੍ਹ ਹੈਗੇ ਆ ਉਹਦਾ ਵੀ ਆ ਤੇ ਕੁਝ ਜਿਹੜੀ ਬਾਕੀ ਜਿਹੜੀ ਕਲਾਇੰਟ ਆ ਜੀ ਦਾ ਕੇਸ ਹੁੰਦਾ ਉਹਦੀ ਜਿਹੜੀ ਹੈਗੀ ਆ ਉਹਦੇ ਕੋਲ ਕੀ ਡਾਕੂਮੈਂਟੇਸ਼ਨ ਆ ਉਹਦਾ ਕੇਸ ਦਾ ਕਲੇਮ ਕੀ ਆ ਤੇ ਕਿੰਨਾ ਕੁ ਸੋਲਿਡ ਕਲੇਮ ਆ ਕਿੰਨੀ ਕੋਈ ਤਿਆਰੀ ਇਹ ਸਾਰੀਆਂ ਗੱਲਾਂ ਮੈਟਰ ਕਰਦੀਆਂ ਤੇ ਲੇਕਿਨ ਅਸੀਂ ਇਹ ਦੇਖ ਰਹੇ ਹਾਂ ਕਿ ਪਾਸਿੰਗ ਪਰਸੈਂਟੇਜ ਅੱਗੇ ਨਾਲੋਂ ਜ਼ਿਆਦਾ ਜ਼ਿਆਦਾ ਕੇਸ ਪਾਸ ਹੋ ਰਹੇ ਆ ਤੇ ਪਰੇ ਆ ਕਿ ਹੁਣ ਆਉਂਦੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਕੋਵਿਡ ਦਾ ਜਿਹੜਾ ਪ੍ਰਕੋਪ ਘਟੇਗਾ ਤਿਉਂ-ਤਿਉਂ ਜਿਹੜਾ ਹੈਗਾ ਸਿਸਟਮ ਹੋਰ ਨਾਰਮਲਾਈਜ਼ ਹੋਏਗਾ ਸੋ ਇਹ ਸੰ ਤੁਹਾਡੇ ਸਵਾਲ ਬਾਕੀ ਜੋ ਵੀ ਹੁਣ ਅੱਗੇ ਤੋਂ ਸਵਾਲ ਆਏਗਾ ਮੈਂ ਉਹਦਾ ਜਵਾਬ ਦੇਾਂਗਾ ਤੇ ਇਹਦੇ ਨਾਲ ਹੀ ਅਸੀਂ ਇਸ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਕਰਦੇ ਆ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਸ ਕਰਦੇ ਆ ਕਿ ਅੱਗੇ ਤੋਂ ਵੀ ਤੁਸੀਂ ਇਸੇ ਤਰ੍ਹਾਂ ਹੀ ਸਾਡੇ ਪ੍ਰੋਗਰਾਮ ਦੇਖੋਗੇ ਤਾਂ ਸਾਨੂੰ ਜਿਹੜਾ ਉਹ ਆਪਣਾ ਪਿਆਰ ਤੇ ਸਰਕਾਰ ਬਖਸ਼ੋਗੇ ਸਸਟਰੀਕਾਰ ਜੀ ਸਾਰਿਆਂ